just punjabi to swagat program Vich, from the white house to your house former speaker of the house tip o'neill once said all politics is local but too often local politics and the federal government are not on the same page in this show we aim to bridge the gap in today's federal election it can be argued that president trump's true opponent is not joe biden but COVID, and take COVID bhi galandiye. Aj is opponent ne har ek American di touch often in a negative way. With over two million infected and over two hundred thousand dead, this opponent has now found President Trump. When we talk about the local level today, we bring you this show from Richmond Hill, New York. Jo sadi Punjabi alay sadi ਜਦੋਂ ਆਪਾਂ ਨਵੀਂ ਜ਼ਿੰਦਗੀ ਇਸ ਮੁਲਕ ਦੇ ਵਿੱਚ ਸ਼ੁਰੂ ਕੀਤੀ ਰਿਚਮੰਡ ਹਿੱਲ ਨਿਊਯਾਰਕ ਤੋਂ ਹੀ ਸਾਡੀ ਸ਼ੁਰੂਆਤ ਹੋਈ ਰਿਚਮੰਡ ਹਿੱਲ ਆਲਸੋ ਉਹੀ ਏਰੀਆ ਹੈ ਜਿੱਥੇ ਕੋਵਿਡ ਨੇ ਸਭ ਤੋਂ ਪਹਿਲੇ ਆ ਕੇ ਸਭ ਤੋਂ ਹਾਰਡੇਸਟ ਹਿੱਟ ਆਪਣੀ ਇਮਪੈਕਟ ਸਾਨੂੰ ਇਸ ਕੰਟਰੀ ਵਿੱਚ ਦਿਖਾਇਆ ਤੁਸੀਂ ਆਰਗੂ ਕਰ ਸਕਦੇ ਹੋ ਪੂਰੀ ਦੁਨੀਆ ਵਿੱਚ ਨਿਊਯਾਰਕ ਸਿਟੀ ਐਪੀਸੈਂਟਰ ਸੀਗਾ ਇਸ ਪੈਂਡੈਮਿਕ ਦਾ ਬਟ ਇਸ ਪੈਂਡੈਮਿਕ ਨੇ ਸਾਡੀ ਸਿਰਫ ਸਿਹਤ ਨੂੰ ਨਹੀਂ ਟੱਚ ਕੀਤਾ ਇਸ ਪੈਂਡੈਮਿਕ ਨੇ ਸਾਡੇ ਵਾਲਟਸ ਨੂੰ ਸਾਡੇ ਸਕੂਲਾਂ ਨੂੰ ਸਾਡੇ ਰੈਸਟੋਰੈਂਟਸ ਨੂੰ ਸਾਡੇ ਗੁਰਦੁਆਰਿਆਂ ਨੂੰ ਟੱਚ ਕੀਤਾ ਸੋ ਅੱਜ ਆਪਾਂ ਲੋਕਲ ਲੈਵਲ ਤੇ ਇਹਨ ਸਾਰੇ ਚੀਜ਼ਾਂ ਨੂੰ ਡਿਸਕਸ ਕਰਨ ਲਈ ਪਹੁੰਚੇ ਆ ਰਿਚਮੰਡ ਹਿਲ ਨਿਊਯਾਰਕ ਪ੍ਰੋਗਰਾਮ ਦੇ ਵਿੱਚ ਗੱਲ ਹੋਏਗੀ ਸਾਡੇ ਲੋਕਲ ਰੈਪ੍ਰੈਜ਼ੈਂਟੇਟਿਵਸ ਦੇ ਨਾਲ ਤੇ ਕਮਿਊਨਿਟੀ ਲੀਡਰਸ ਦੇ ਨਾਲ ਜਿਨ੍ਹਾਂ ਦੀ ਮੇਨ ਟਾਪਿਕਸ ਤੁਹਾਨੂੰ ਵੀ ਪਤਾ ਹੋਣੇ ਚਾਹੀਦੇ ਤਾਂ ਕਿ ਤੁਸੀਂ ਵੀ ਇਸ ਸ਼ੋ ਨੂੰ ਵੇਖ ਕੇ ਆਪਣੀ ਕਮਿਊਨਿਟੀ ਵਿੱਚ ਹੋਰ ਇਨਵੋਲਵ ਹੋ ਸਕੋ ਐਂਡ ਆਫਕੋਰਸ ਇਟ ਇਜ਼ ਇਨ ਇਲੈਕਸ਼ਨ ਈਅਰ ਸੋ ਕੋਈ ਵੀ ਚੀਜ਼ ਇਸ ਪ੍ਰੋਗਰਾਮ ਦੇ ਵਿੱਚ ਫੈਡਰਲ ਇਲੈਕਸ਼ਨ ਨੂੰ ਨਹੀਂ ਇਗਨੋਰ ਕਰੇਗੀ ਸੋ ਲੈਟਸ ਗੈਟ ਦਾ ਪ੍ਰੋਗਰਾਮ ਸਟਾਰਟਿਡ ਬਿਲਕੁਲ ਜਿੱਥੇ ਸਿਆਸਤ ਦੀ ਗੱਲ ਹੁੰਦੀ ਹੈ ਉੱਥੇ ਸਿਆਸਤਦਾਨ ਵੀ ਬੜਾ ਇੰਪੋਰਟੈਂਟ ਹੁੰਦਾ ਅਸ਼ਮਿਤਾ ਤੇ ਉਹਨਾਂ ਸਿਆਸਤਦਾਨ ਵਿੱਚੋਂ ਜਦ ਅਸੀਂ ਗੱਲ ਕਰਦੇ ਹਾਂ ਤੇ ਕਈ ਸਾਰੇ ਸਿਆਸੀ ਮਸਲੇ ਵੀ ਹੁੰਦੇ ਹਨ ਵੈਨ ਵੀ ਟਾਕ ਅਬਾਊਟ ਵਾਈਟ ਹਾਊਸ ਟੂ ਯੋਰ ਹਾਊਸ ਆਖਿਰਕਾਰ ਹੋ ਕੀ ਰਿਹਾ ਕਿਵੇਂ ਸਾਡੀ ਜਿਹੜੀ ਸਟਰੈਂਥ ਹੈਗੀ ਆ ਹੁਣ ਅਮਰੀਕਨ ਪੋਲਿਟਿਕਸ ਦੇ ਵਿੱਚ ਵੀ ਹੁਣ ਜਿਹੜੇ ਸਾਡੇ ਨੌਜਵਾਨ ਨੇ ਜਿਹੜੀ ਸਾਡੀ ਨਵੀਂ ਪਨੀਰੀ ਹੈ ਜਿਹੜੇ ਸਾਡੇ ਕਮਿਊਨਿਟੀ ਲੀਡਰਸ ਨੇ ਉਹ ਹੁਣ ਕਿਸ ਤਰੀਕੇ ਦੀ ਰੁਚੀ ਰੱਖ ਰਹੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੈਗਾ ਕਿ ਹੁਣ ਸਾਡੀ سپورਟ ਤੋਂ ਬਿਨਾਂ ਸਾਡੀ ਵੋਟ ਤੋਂ ਬਿਨਾਂ ਅਮਰੀਕਨ ਪੋਲਿਟਿਕਸ ਵੀ ਅਧੂਰੀ ਹੈ ਜਿੱਥੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ ਉੱਥੇ ਹੁਣ ਅਮਰੀਕਾ ਦੇ ਵਿੱਚ ਵੀ ਇਸ ਜਿੱਥੇ ਆਪਾਂ ਮਦਰ ਲੈਂਡ ਨੂੰ ਯਾਦ ਰੱਖਦੇ ਆ ਅੱਜ ਆਪਾਂ ਇਸ ਕਰਨ ਭੂਮੀ ਦੇ ਉੱਤੇ ਵੀ ਆਪਣੇ ਹੌਸਲਿਆਂ ਨੂੰ ਬੁਲੰਦ ਕਰ ਰਹੇ ਹਾਂ ਉਹਨਾਂ ਵਿੱਚੋਂ ਹੀ ਅੱਜ ਅਸ਼ਮਿਤਾ ਇੱਥੇ ਸਾਡੇ ਨਾਲ ਕਾਫੀ ਸਾਰੇ ਕਮਿਊਨਿਟੀ ਲੀਡਰਸ ਜੋ ਕਿ ਕੁਇਨਸ ਦੀ ਜਿਹੜਾ ਅਸੀਂ ਗੱਲ ਕਰਦੇ ਹਾਂ ਇਹ ਦਿਲ ਮਨਿਆ ਜਾਂਦਾ ਹੈ ਪੂਰੇ ਅਮਰੀਕਾ ਦਾ ਪੰਜਾਬੀ ਜਿੱਥੋਂ ਜਿੱਥੋਂ ਵੀ ਕਿੱਥੋਂ ਆ ਕੇ ਵੱਸਦਾ ਹੈ ਸਭ ਤੋਂ ਪਹਿਲਾਂ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਰਪੋਰਟ ਉਤਰਦਾ ਹੈ ਔਰ ਆ ਕੇ ਰਿਚਮੰਡ ਹਿਲ ਤੋਂ ਹੀ ਆਪਣੀ ਜ਼ਿੰਦਗੀ ਦੀ ਅਮਰੀਕਾ ਦੇ ਵਿੱਚ ਸ਼ੁਰੂਆਤ ਕਰਦਾ ਹੈ ਸੋ ਇਸ ਦਿਲ ਦੇ ਵਿੱਚੋਂ ਹੀ ਅੱਜ ਅਸੀਂ ਲੋਕਾਂ ਦਾ ਵੀ ਦਿਲ ਜਾਣਾਂਗੇ ਕਿ ਉਹਨਾਂ ਦਾ ਕਿੱਥੇ ਝੁਕਾਵ ਹੈਗਾ ਭਾਵੇਂ ਉਹ ਬਾਈਡਨ ਨੂੰ ਲਾਈਕ ਕਰਦੇ ਹਨ ਭਾਵੇਂ ਉਹ ਟਰੰਪ ਨੂੰ ਲਾਈਕ ਕਰਦੇ ਹਨ ਲੇਕਿਨ ਆਖਿਰਕਾਰ ਉਹਨਾਂ ਦੇ ਮਸਲੇ ਕੀ ਨੇ ਉਹ ਕੀ ਸਮਝਦੇ ਹਨ ਔਰ ਕਿੰਨੂੰ ਉਹ ਆਪਣੀ ਸਪੋਰਟ ਦੇਣਾ ਚਾਹੁੰਦੇ ਹਨ ਬਕਾਇਦਾ ਹੁਣ ਕੁਇਨਸ ਤੋਂ ਰਾਜਨੀਤੀ ਇਸ ਤਰੀਕੇ ਨਾਲ ਅੱਗੇ ਜਾ ਚੁੱਕੀ ਹੈ ਕਿ ਹਰ ਕੋਈ ਸਿਆਸਤਦਾਨ ਆਕੇ ਇੱਥੇ ਪੰਜਾਬੀਆਂ ਤੋਂ ਸਪੋਰਟ ਵੀ ਮੰਗਦਾ ਵੋਟ ਵੀ ਮੰਗਦਾ ਤੇ ਨੋਟ ਵੀ ਮੰਗਦਾ ਅੱਜ ਇਸ ਕਦਰ ਪੰਜਾਬੀਆਂ ਨੇ ਆਪਣੇ ਇੱਥੇ ਵੀ ਜਜ਼ਬਾਤ ਆਪਣੇ ਹੌਸਲੇ ਬੁਲੰਦ ਕੀਤੇ ਹਨ ਕਿ ਇਹਨਾਂ ਵਿੱਚੋਂ ਹੀ ਜਿਹੜੇ ਅੱਜ ਕਮਿਊਨਿਟੀ ਲੀਡਰ ਸਾਡੇ ਨਾਲ ਮੌਜੂਦ ਨੇ ਉਹ ਕਹਿੰਦਾ ਵਰਡ ਸਪੋਟ ਐਂਡ ਇਲੈਕਟ ਇੰਨੀ ਤਾਕਤ ਜਿਹੜੀ ਹੈ ਹੁਣ ਹੋ ਚੁੱਕੀ ਹੈ 2020 ਦੇ ਇਲੈਕਸ਼ਨਸ ਐ ਛੋਟੇ ਮੋਟੇ ਇਲੈਕਸ਼ਨਸ ਨਹੀਂ ਨੇ ਹੁਣ ਇੱਕ ਵੱਡੇ ਇਲੈਕਸ਼ਨਸ ਹੋਣਗੇ ਪੰਜਾਬੀਆਂ ਦੀ ਤਾਕਤ ਹੁਣ ਸੱਤ ਸਮੁੰਦਰ ਪਾਰ ਵੀ ਵੱਧ ਚੁੱਕੀ ਹੈ ਇਸਨੂੰ ਲੈ ਕੇ ਕਰਾਂਗੇ ਤੁਹਾਡਾ ਹਰ ਮਿੰਟ ਪਿਆਰਾ ਪ੍ਰੋਗਰਾਮ ਵਾਈਟ ਹਾਊਸ ਟੂ ਯੂਅਰ ਹਾਊਸ ਅਸ਼ਮੇਤਾ ਇੱਥੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇੰਨੀ ਗਿਣਤੀ ਇਜ਼ ਇਟ ਸੇਫ ਪੂਰੇ ਸੇਫਟੀ ਸਟੈਂਡਰਡਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਐਂਡ ਵੀ ਅੰਡਰਸਟੈਂਡ ਦੈਟ ਜੋ ਸਾਡੇ ਨਾਲ ਸਾਰੇ ਪਾਰਟਿਸਪੈਂਟਸ ਇੱਥੇ ਪਹੁੰਚੇ ਹੈ ਉਹ ਵੀ ਇਨ ਚੀਜ਼ਾਂ ਨੂੰ ਬਹੁਤ ਹੀ ਕੇਅਰਫੁਲੀ ਫੋਲੋ ਕਰ ਰਹੇ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਕਿਹਾ ਹੈ ਸਾਡੇ ਨਾਲ ਲੋਕਲ ਕਮਿਊਨਿਟੀ ਲੀਡਰਸ ਲੋਕਲ ਕਮਿਊਨਿਟੀ ਮੈਂਬਰਸ ਐਂਡ ਆਫ ਕੌਰਸ ਸਾਡੇ ਲੋਕਲ ਰੈਪ੍ਰੈਜ਼ੈਂਟੇਟਿਵਸ ਜੁੜਨਗੇ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਕਿਤੇ ਨਾ ਜਾਓ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਸਾਡੇ ਨਵੇਂ ਪ੍ਰੋਗਰਾਮ ਦੇ ਵਿੱਚ ਫਰਮ ਦਾ ਵਾਈਟ ਹਾਊਸ ਟੂ ਯੋਰ ਹਾਊਸ ਜਿਹਦੇ ਵਿੱਚ ਕੋਸ਼ਿਸ਼ ਹੋਏਗੀ ਉਸ ਗੈਪ ਨੂੰ ਬ੍ਰਿਜ ਕਰਨ ਦੀ ਜੋ ਆਫਟਨ ਲੋਕਨ ਪੋਲਿਟਿਕਸ ਤੇ ਗਵਰਨਮੈਂਟ ਫੈਡਰਲ ਗਵਰਨਮੈਂਟ ਹਾਈ ਲੈਵਲ ਦੇ ਵਿੱਚ ਐਗਜ਼ਿਸਟ ਕਰਦਾ ਹੈ ਜਦੋਂ ਅਗਰ ਲੋਕਲ ਪੋਲਿਟਿਕਸ ਦੀ ਗੱਲ ਕਰਦੇ ਆ ਤੁਹਾਨੂੰ ਦੱਸਿਆ ਅੱਜ ਇਸ ਸ਼ੋਅ ਦੀ ਸ਼ੁਰੂਆਤ ਆਪ ਕਰ ਰਹੇ ਆਂ ਰਿਚਮੰਡ ਹਿੱਲ ਨਿਊਯਾਰਕ ਜੋ ਸਾਡੇ ਨਾ ਕਿ ਸਿਰਫ ਪੰਜਾਬੀਆਂ ਲਈ ਇੱਕ ਗੜ੍ਹ ਹੈ ਸਾਡੀ ਸ਼ੁਰੂਆਤ ਇੱਥੋਂ ਹੋਈ ਸਾਡੇ ਗੁਰੂ ਘਰ ਇੱਥੇ ਹੀ ਸਾਡੇ ਸਭ ਤੋਂ ਵੱਡੇ ਗੁਰੂ ਘਰ ਐਗਜ਼ਿਸਟ ਕਰਦੇ ਆਂ ਬਟ ਸਾਊਥ ਏਸ਼ੀਅਨਸ ਲਈ ਏ ਕੁਇਨਸ ਦਾ ਹਿੱਸਾ ਬਹੁਤ ਹੀ ਜ਼ਿਆਦਾ ਅਹਿਮੀਅਤ ਰੱਖਦਾ ਹੈ ਤੇ ਜਦੋਂ ਸਾਊਥ ਕੁਇਨਸ ਦੀ ਗੱਲ ਆਂਦੀ ਹੈ ਸਾਡੇ ਪਹਿਲੇ ਅੱਜ ਪੈਨਲਿਸਟ ਸਾਨੂੰ ਜੁਆਇਨ ਕਰ ਰਹੇ ਆਂ ਮਿਸ ਜੈਨੇਫਰ ਰਾਜਕੁਮਾਰ ਮੈਂ ਰੀਲੀ ਕੁਇਕਲੀ ਸਾਰਿਆਂ ਨੂੰ ਦੱਸਣਾ ਚਾਹੁੰਦੀ ਆਂ ਜੈਨੇਫਰ Kumar, Democratic primary winner, hunt for the New York State Assembly, widely expected to be the first Indian woman to win the state. Uh, a former a professor, a lawyer, um, a, a New York a resident. Jennifer, welcome to the program. Thank you. I'm so excited to be here on the inaugural first show of From the White House to Your House. I want to thank my good friends at Just Punjabi, Shmita, one of my favorite anchors as well as Harkirat, and most of all, the entire Richmond Hill Punjabi community. Jennifer, today is a very important day, uh, not just for the federal election in the United States, but for the ongoing fight against COVID uh, that we are all engaged in. Today, President Trump was officially announced to be positive for the virus. And moments ago, the news broke that he was transported to Walter Reed Hospital uh, to keep an eye on things. Um, COVID has finally, it seems, reached the highest level of government in this country. But here in Queens, uh, we were the first and the hardest hit yet we brought down our numbers and we've been able to do something that maybe the rest of the country needs to hear about today tell us what this part of the country did back in March and April that has kept our numbers down for all these months and what the rest of the country needs to know going into a flu season indeed these are perilous times that's why I have my mask with me and I urge everybody to wear your mask wash your hands socially distance these small actions uh, can be the difference between life and death for ourselves and our family members. So it's a very good question, because here in South Queens, as we all know, we were hit very hard with coronavirus back in the spring. And uh, I was here on the front lines of that pandemic, along with my senior advisor, Rose Corr, who is here today. And what we did during that time, locally, was we filled in where the city failed. The city was not able to fund full services for all the families that were starving, and they weren't able to provide testing for everyone. So, as regular citizens, we stepped in. Uh, our campaign started a coronavirus hotline, and it operated in five languages, including Punjabi and Hindi, and it was 24 7. So, anyone could call our team 24 7. And what we did is we made sure that we got food to families that were going hungry. People were going hungry because they lost their jobs. Uh, we also got doctors on the phone to talk to people who had COVID in their homes. So the citizens stepped in when the government simply was looking for what to do and was running out of funds. Right. And when we talk about citizens, is community, the local citizens, are present. What are their ਸੋ ਬਿਲਕੁਲ ਜਿਵੇਂ ਅਸ਼ਮిత ਨੇ ਦੱਸਿਆ ਕਿ ਅੱਜ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਸਿਆਸਤਦਾਰਾਂ ਨੂੰ ਸਿਆਸਤ ਸਿਆਸੀ ਬਣਾਉਂਦਾ ਕੌਣ ਹੈ ਇਹਨਾਂ ਨੂੰ ਸਿਆਸਤ ਖਿਲਾਉਂਦਾ ਕੌਣ ਹੈ ਔਰ ਸਭ ਤੋਂ ਵੱਡੀ ਗੱਲ ਇੱਥੇ ਜਾਣਨੀ ਜ਼ਰੂਰੀ ਹੈਗੀ ਹੈ ਕਿ ਐਨਾਨੂ ਅਸੈਂਬਲੀ ਦੇ ਵਿੱਚ ਐਨਾਨੂ ਸੈਨੇਟ ਦੇ ਵਿੱਚ ਐਨਾਨੂ ਵਾਈਟ ਹਾਊਸਰ ਵਿੱਚ ਪਹੁੰਚਾਉਂਦਾ ਕੌਣ ਹੈ ਵੱਖ-ਵੱਖ ਕਮਿਊਨਿਟੀਆਂ ਆਪਣੀ ਗੱਲ ਕਰਦੀਆਂ ਹਨ ਪਰ ਪਹਿਲੀ ਵਾਰ ਹੋਏਗਾ 2020 ਇਲੈਕਸ਼ਨਸ ਦੇ ਵਿੱਚ ਕਿ ਸਿੱਖ ਕਮਿਊਨਿਟੀ ਵੀ ਪੰਜਾਬੀ ਕਮਿਊਨਿਟੀ ਵੀ ਆਪਣੀ ਸਟਰੈਂਥ ਦਿਖਾਉਂਦੀ ਹੋਈ ਨਜ਼ਰ ਆਏਗੀ ਜਦ ਕੁਇਨਸ ਦੀ ਗੱਲ ਕਰਦੇ ਹਾਂ ਰਿਚਮੰਡ ਹੇਲਥੀ ਗੱਲ ਕਰਦੇ ਹਾਂ ਸੋ ਦੋਹਾਂ ਅਹਿਮ ਗੁਰਦੁਆਰਾ ਸਹਿਬਾਨ ਇੱਥੇ ਮੌਜੂਦ ਹਨ ਜਿਨ੍ਹਾਂ ਵਿੱਚੋਂ ਇੱਕ ਬਾਬਾ ਮੱਖਣ ਸ਼ਾਲੂਪਾਣਾ ਸਿੱਖ ਸੈਂਟਰ ਸਿੱਖ ਕਲਚਰ ਸੁਸਾਇਟੀ ਦੋਵਾਂ ਦਾ ਆਪਣਾ ਮੁਕਾਮ ਹੈਗਾ ਉਹਨਾਂ ਦੇ ਜਿਹੜੇ ਲੀਡਰਸ ਹਨ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉਹ ਵੀ ਬਕਾਇਦਾ ਸਾਡੇ ਨਾਲ ਇੱਥੇ ਮੌਜੂਦ ਹੈ ਔਰ ਜਦ ਮੈਂ ਸਿਆਸਤਦਾਨਾਂ ਦੀ ਗੱਲ ਕਰਦਾ ਭਾਵੇਂ ਉਹਨਾਂ ਨੂੰ ਅਸੀਂ ਕਾਂਗਰਸmen ਬਨਾਈਏ ਵੂਮਨ ਬਨਾਈਏ ਅਸੈਂਬਲੀ men ਬਨਾਈਏ ਵੂਮਨ ਬਨਾਈਏ ਸਿਟੀ ਕੌਂਸਲ ਦੇ ਵਿੱਚ ਬਚਾਈਏ ਸਿਟੀ ਦੇ ਵਿੱਚ ਬਚਾਈਏ ਮੇਅਰ ਬਨਾਈਏ ਅੱਜ ਹਰ ਕੋਈ ਆ ਕੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਤਮਸਤਕ ਹੁੰਦਾ ਹੈ ਵੋਟ ਸਪੋਰਟ ਐਂਡ ਇਲੈਕਟ ਦੀ ਗੱਲ ਕਰਦਾ ਔਰ ਕਹਿੰਦਾ ਕਿ ਸਾਨੂੰ ਵੋਟ ਕਰੋ ਅੱਜ ਜਿਹੜੇ ਲੀਡਰਸ ਇੱਥੇ ਬੈਠੇ ਨੇ ਇਹ ਬੈਕਬੋਨ ਨੇ ਉਹਨਾਂ ਨੂੰ ਉੱਥੇ ਪਹੁੰਚਾਉਣ ਦੇ ਵਿੱਚ ਇਹ ਵਚਨਬੰਦ ਹੋ ਰਹੇ ਨੇ ਉਹਨਾਂ ਨੂੰ ਅੱਜ ਸਿਆਸੀ ਖੇਡਾ ਸਿਆਸੀ ਸ਼ਤਰੰਜ ਜਿਹੜੀਆਂ ਚਲੀਆਂ ਜਾਂਦੀ ਹੈ ਉਹ ਦੱਸਣ ਦੇ ਵਿੱਚ ਕਿ ਆਖਿਰਕਾਰ ਪੋਲਿਟਿਕਸ ਦੇ ਵਿੱਚ ਕੀ ਹੋ ਰਿਹਾ ਅੱਜ ਸਿੱਖਾ ਨੇ ਵੀ ਆਪਣੀ ਹੌਸਲਿਆਂ ਨੂੰ ਬਲੰਦ ਕਰਦੇ ਹੋਏ ਸਿਆਸਤਦਾਰਾਂ ਨੂੰ ਦੱਸਣਾ ਸ਼ੁਰੂ ਕਰਤਾ ਹੈ ਕਿ ਤੁਸੀਂ ਸਾਡੀ ਵੀ ਗੱਲ ਕਰੋ ਸਾਡੀ ਸਿਗਨੀਫੀਕੈਂਸ ਕੀ ਹੈ ਸਾਡੀ ਕੌਮ ਕੀ ਹੈ ਗੁਰਦੇਵ ਸਿੰਘ ਕਾਂਗ ਸਾਡਾ ਨਾਲ ਮੌਜੂਦ ਹਨ ਉਹਨਾਂ ਤੋਂ ਸ਼ੁਰੂਆਤ ਕਰਾਂਗੇ ਸਿੱਖ ਕਲਚਰ ਸੁਸਾਇਟੀ ਦੀ ਗੱਲ ਹੁੰਦੀ ਹੈ ਤਾਂ ਜਦ ਉਹ ਗੁਰਦੁਆਰਾ ਸਹਿਬਾਨ ਹੋਂਦ ਦੇ ਵਿੱਚ ਆਇਆ ਬਕਾਇਦਾ ਸਿਟੀ ਦੀ ਗੱਲ ਕਰਦੇ ਆ ਤਾਂ ਹਿਊਮਨ ਰਾਈਟਸ ਕਮਿਸ਼ਨਰ ਵੀ ਹਨ ਔਰ ਕਈ ਅਹਿਮ ਔਦਿਆ ਦੇ ਉਤੇ ਉਹ ਆਪਣੀ ਜ਼ਿੰਮੇਵਾਰੀ ਵੀ ਦੇ ਚੁੱਕੇ ਹਨ ਇੰਟਰਫੇਥ ਕਮੇਟੀ ਦੀ ਗੱਲ ਕਰੀਏ ਤਾਂ ਮੇਅਰ ਬਿਲ ਦੇ ਬਲਾਸੀਓ ਦੀ ਇੰਟਰਫੇਥ ਕਮੇਟੀ ਦੇ ਵਿੱਚ ਵੀ ਐਗਜ਼ੀਕਟਿਵ ਮੈਂਬਰ ਹਨ ਉਹਨਾਂ ਦਾ ਮੈਂ ਸਵਾਗਤ ਕਰਦਾ ਕਾਂਗ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਸ ਪੰਜਾਬੀ ਚੈਨਲ ਵੱਲੋਂ ਜੋ ਵਾਈਟ ਹਾਊਸ ਤੋਂ ਲੈ ਕੇ ਤੁਹਾਡੇ ਘਰਾਂ ਤੱਕ ਜੋ ਪ੍ਰੋਗਰਾਮ ਸ਼ੁਰੂ ਕੀਤਾ ਮੈਂ ਸਮਝਦਾ ਕਿ ਜਸ ਪੰਜਾਬੀ ਇੱਕ ਉਹ ਚੈਨਲ ਆ ਜੀਨੇ ਪੰਜਾਬੀਅਤ ਨੂੰ ਮਾਣ ਮਤੇ ਰੱਖਦੇ ਹੋਏ ਨਿਊਯਾਰਕ ਦੀ ਧਰਤੀ ਦੇ ਉੱਤੇ ਜਿਹੜਾ ਪਹਿਲਾ ਚੈਨਲ ਆ ਜਿਨ੍ਹਾਂ ਨੇ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਤੇ ਸਾਡੇ ਜਿਹੜੇ ਕਲਚਰ ਪ੍ਰੋਗਰਾਮ ਹੋਏ ਨੇ ਜਾਂ ਸਾਡੇ ਸਪੋਰਟਸ ਦੇ ਹੋਏ ਨੇ ਉਹਨਾਂ ਨੂੰ ਬਲੰਦੀਆਂ ਤੇ ਸ਼ੋਹਿਆ ਮੈਂ ਅੱਜ ਇਸ ਤੌਰ ਤੇ ਜਸ ਪੰਜਾਬੀ ਦੇ ਸਤਾਲਕ ਭੈਣ ਜੀ ਪਹਿਨਨ ਜੀ ਨੂੰ ਇਸ ਦਾ ਸਵਾਗਤ ਕਰਦਾ ਤੇ ਇਹਨਾਂ ਨੂੰ ਇਹ ਦੀ ਵਧਾਈ ਵੀ ਦਿੰਦਾ ਕਿਉਂਕਿ ਇਹਨਾਂ ਦੀ ਆਪਣੀ ਬੇਟੀ ਜਿਹੜੀ ਅਸ਼ਵੇਤਾ ਤੇ ਉਹ ਵੀ ਇੱਥੋਂ ਦੇ ਬੋਰ ਨਾਲ ਜਿਹਨਾਂ ਨੂੰ ਅਮਰੀਕਨ ਪੋਲਿਟਿਕਸ ਬਾਰੇ ਪਤਾ ਦੂਸਰਾ ਮੇਰਾ ਵੀਰ ਹਰਕੀਰ ਸਿੰਘ ਇਹ ਵੀ ਇਹਨਾਂ ਦੇ ਨਾਲ ਬਹੁਤ ਵਧੀਆ ਅੰਕਰ ਆ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਪੋਲਿਟਿਕਸ ਹੁਣ ਸ਼ੁਰੂ ਹੋਈ ਆ ਯੂਨਾਈਟਿਡ ਦੇ ਵਿੱਚ ਕਿਉਂਕਿ ਅਸੀਂ ਜਿਹੜੀ ਇਮੀਗ੍ਰੈਂਟ ਫੈਮਲੀਆਂ ਜਦੋਂ ਇੱਥੇ ਆਈਆਂ ਨਾ ਤੇ ਉਸ ਤੋਂ ਲੈ ਕੇ ਸਾਡੇ ਕੋਲ ਦੋ ਹੀ ਪਲੇਟਫਾਰਮ ਨੇ ਇੱਥੇ ਗੁਰੂ ਘਰਾਂ ਦੀ ਜਿਹੜੀ ਸਟੇਜ ਆ ਮੋਸਟਲੀ ਉਹੀ ਪਲੇਟਫਾਰਮ ਹੁੰਦੇ ਆ ਜਿੱਥੇ ਕਿ ਹਰ ਇੱਕ ਨੂੰ ਸੱਦਾ ਦਿੱਤਾ ਜਾਂਦਾ ਵੀ ਆ ਕੇ ਉਹ ਆਪਣੇ ਵਿਚਾਰ ਰੱਖ ਸਕਦਾ ਕਿਉਂਕਿ ਸਾਡੇ ਕੋਲ ਜੇ ਕੋਈ ਉਹੋ ਜਿਹਾ ਕਮਿਊਨਿਟੀ ਸੈਂਟਰ ਜਿਹੜੇ ਆ ਉਹ ਨਹੀਂ ਬਣੇ ਪਰ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਹੋਣ ਵਾਲੀ ਉਹ ਬਹੁਤ ਐਜੂਕੇਟਿਡ ਆ ਉਹਦੇ ਵਿੱਚ ਵਕੀਲ ਨੇ ਉਹਦੇ ਵਿੱਚ ਡਾਕਟਰ ਨੇ ਉਹਦੇ ਵਿੱਚ ਇੰਜੀਨੀਅਰ ਨੇ ਤੇ ਜਿਹੜੀ ਜਨਰੇਸ਼ਨ ਮੈਂ ਸਮਝਦਾ ਕਿ ਸਾਡੇ ਦੀ ਇੱਥੇ ਸਾਰੀ ਆ ਕੇ ਬੈਠੀ ਆ ਇਹਨਾਂ ਨੇ ਆਪਣੇ ਬੱਚਿਆਂ ਨੂੰ ਜਿਹੜਾ ਪੜਾ ਲਿਖਾ ਕੇ ਮੋੜੇ ਲਿਆਂਦਾ ਅੱਜ ਉਹ ਜ਼ਮਾਨਾ ਆ ਗਿਆ ਸਾਡੇ ਵਾਸਤੇ ਉਹ ਟਾਈਮ ਆ ਗਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਸ ਕੰਟਰੀ ਦੇ ਵਿੱਚ ਰਹਿੰਦੇ ਆ ਉਹਦੀ ਪੋਲਿਟਿਕਸ ਦੇ ਵਿੱਚ ਜਿਹੜਾ ਵਾ ਉਹ ਇਨਵਾਲ ਕਰੀਏ ਤਾਂ ਕਿ ਸਾਡੀ ਜਿਹੜੀ ਵੌਇਸ ਵਾ ਜਿਸ ਤਰ੍ਹਾਂ ਕਿ ਕুইਨ ਸੀ ਲਾ ਲੋ ਇਹ ਡਾਈਵਰਸਿਟੀ ਸਿਟੀ ਜਾਂ ਸਭ ਤੋਂ ਵੱਧ ਇੱਥੇ ਵੱਖਰੇ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਨੇ ਪਰ ਜਿੱਥੇ ਪੰਜਾਬੀਆਂ ਦੀ ਮਾਨਮਤੇ ਦੀ ਗੱਲ ਹੁੰਦੀ ਆ ਉੱਥੇ ਜ਼ਰੂਰ ਜਦੋਂ ਸਿੱਖ ਇੱਕ ਦਸਤਾਰ ਵਾਲਾ ਕਿਸੇ ਜਾ ਕੇ ਅਸੈਂਬਲੀ ਦੇ ਵਿੱਚ ਬਹਿੰਦਾ ਜਾਂ ਉਹ ਸਿਟੀ ਹਾਲ ਦੇ ਵਿੱਚ ਬਹਿੰਦਾ ਤੇ ਉੱਥੇ ਤੁਹਾਡੀਆਂ 90% ਪ੍ਰੋਬਲਮ ਜਿਹੜੀਆਂ ਵਿਆਸ਼ੇ ਤੁਹਾਡੀ ਡਿਸਕ੍ਰਿਪਸ਼ਨ ਨੂੰ ਵੇਖ ਕੇ ਹੀ ਤੁਹਾਡੀਆਂ ਹੱਲ ਹੋ ਜਾਂਦੀਆਂ ਅੱਜ ਅਸੀਂ ਇਹ ਚੋਨੇ ਕੇ ਸਾਡਾ ਕੋਈ ਵੀ ਨੌਜਵਾਨ ਜਾਂ ਸਾਡੀ ਕੋਈ ਲੜਕੀ ਉਸ ਇਸ ਮੁੱਦੇ ਤੇ ਉਤਿਆਰ ਹੋਵੇ ਤੇ ਸਾਡੀ ਜਿਹੜੀ ਮੈਂ ਆਪਣੀ ਕਮਿਊਨਿਟੀ ਨੂੰ ਇਹ ਬੇਨਤੀ ਕਰਦਾ ਵੀ ਭਾਵੇਂ ਕੋਈ ਵੀ ਹੋਵੇ ਅਸੀਂ ਇਸ ਮੁੱਦੇ ਦੇ ਉੱਤੇ ਆਪਣੇ ਬੱਚੀ-ਬੱਚੀ ਨੂੰ ਜਾਂ ਕੋਈ ਵੀ ਸਾਡਾ ਵੀਰ ਭੈਣ ਉਹਨੂੰ ਅਸੀਂ ਆਪਣੀ ਸਿਟੀ ਕੌਂਸਲ ਵਿੱਚ ਭੇਜੀਏ ਜਾਂ ਉਹਨੂੰ ਅਸੈਂਬਲੀ ਵਿੱਚ ਭੇਜੀਏ ਜਾਂ ਉਹਨੂੰ ਸੈਨੇਟਰ ਭੇਜੀਏ ਕਿ ਤਾਂ ਕਿ ਸਾਡੀ ਜਿਹੜੀ ਸਿੱਖਾਂ ਦੀ ਆ ਅਵਾਜ਼ ਸੁਣੀ ਜਾਵੇ ਅਰਕੀ ਪਹਿਲੀ ਵਾਰੀ ਹੋਇਆ ਕਿ ਜਿਹੜੀ ਸਾਡੇ ਏਸ਼ੀਅਨ ਸਾਡੀ ਜੈਨਫਰ ਰਾਜਕੁਮਾਰਾ ਜਿਹਨੂੰ ਕਿ ਮੈਂ ਸਮਝਦਾ ਕਿ ਡੈਮੋਕ੍ਰੇਟ ਦੀ ਨਾਮੀਨੇਸ਼ਨ ਜਿਹੜੀ ਆ ਉਹ ਅਸੈਂਬਲੀ ਦੀ ਪ੍ਰਾਪਤ ਹੋਈ ਆ ਕਿਉਂਕਿ ਉਹ ਉਹਨਾਂ ਦੀ ਮਿਹਨਤ ਦਾ ਸਦਕਾ ਹੋਈ ਆ ਕਿਉਂਕਿ ਜਦੋਂ ਕੋਵਿਡ-19 ਚੱਲਿਆ ਕੁਇਨਸ ਦੇ ਵਿੱਚ ਤੇ ਇਹਨਾਂ ਨੇ ਬਹੁਤ ਜ਼ਿਆਦੀ ਇਹਨਾਂ ਦੇ ਨਾਲ ਰਾਜਵਿੰਦਰ ਕੋਰ ਜਿਨੇ ਵੀ ਸਾਡੇ ਵਲੰਟੀਅਰ ਸੀ ਬੜੀ ਸੇਵਾ ਕੀਤੀ ਆ ਡਾਕਟਰ ਟੀਨਾ ਸਾਹਿਬ ਕੋ ਮੈਨੂੰ ਪਤਾ ਵਾ ਕਿ ਜਦੋਂ ਉਹ ਮੁਸੀਬਤ ਚੱਲਦੀ ਸੀ ਸਾਡੀ ਜਿਹੜੀ ਕਮਿਊਨਿਟੀ ਆ ਉਹ ਹਮੇਸ਼ਾ ਹੀ ਜਿਹੜੀ ਆ ਪਹਿਲੇ ਲਾਈਨ ਤੇ ਪਹੁੰਚਦੀ ਆ ਪਰ ਅਸੀਂ ਆਪਣੀ ਕਮਿਊ ਇਹ ਗੋਲ ਐਕਸੀਵ ਕਰੀਏ ਕੋ ਜਿਹੜੀਆਂ ਇਸ ਸਾਲ ਦੀਆਂ ਲਕਸ਼ਣਾਵਾਂ ਸਾਡੇ ਇੱਥੇ ਨਿਊਯਾਰਕ ਦੇ ਵਿੱਚ ਵੀ ਜਿਹੜੀਆਂ ਸਾਡੇ ਕੋਲ 2-3 ਜਿਹੜੀਆਂ ਸਿਟੀ ਕਾਉਂਸਲ ਦੀਆਂ ਜਿਹੜੀਆਂ ਸੀਟਾਂ ਵਾਂ ਉਹ ਬੜੀਆਂ ਅਹਿਮੀਅਤ ਰੱਖਦੀਆਂ ਵਾਂ ਜਿੱਥੇ ਕੋਈ ਪੰਜਾਬੀਆਂ ਦੀ ਬਹੁਤ ਦੇਣ ਆ ਤੇ ਅਸੀਂ ਉਹੋ ਜਾਂ ਕੈਂਡੀਡੇਟ ਉੱਥੇ ਲਿਆ ਕੇ ਖਿਡਾਰੀਏ ਤਾਂ ਕਿ ਜਿਹੜਾ ਉਹ ਇੱਥੋਂ ਸਕਸੀਡ ਹੋ ਸਕੇ ਤੇ ਉਹ ਸਾਡੀ ਆਵਾਜ਼ ਜਿਹੜੀ ਆ ਸਾਡੀ ਕਮਿਊਨਿਟੀ ਦੀ ਜਿਹੜੀ ਆ ਉਹ ਸਿਟੀ ਹਾਲ ਦੇ ਵਿੱਚ ਬੁਲੰਦ ਕਰ ਸਕੇ ਜੇ ਮੈਂ ਸਮਝਦਾ ਕਿ ਅੱਜ ਦੀ ਡੇਟ ਦੇ ਵਿੱਚ ਜੋ ਸਿਟੀ ਪ੍ਰਸ਼ਾਸਨ ਜਦੋਂ ਕੋਵਿਡ-19 ਚੱਲਿਆ ਬਿਲਕੁਲ ਨਿਊਯਾਰਕ ਸਿਟੀ ਦਾ ਪਹਿਲੇ ਪਹਿਲਾ ਫੇਲ ਹੋਇਆ ਜਿੰਨੀ ਸਿੱਖ ਕੌਮ ਨੂੰ ਜਿਹੜੀ ਮਾਰ ਪਈ ਹੈ ਨਾ ਸ਼ਾਇਦ ਹੋਰ ਕਿਸੇ ਕਮੇਟੀ ਦੇ ਵਿੱਚ ਨਾਂ ਹੋਈਆਂ ਹੋਣ ਉਹਦਾ ਕਾਰਨ ਇਹ ਸੀ ਕਿ ਸਾਡੀ ਜਿਹੜੀ ਆਵਾਜ਼ ਆ ਉਹ ਬੁਲੰਦ ਨਹੀਂ ਸੀ ਹੁੰਦੀ ਸਾਡੇ ਸਕੂਲ ਵੀ ਓਵਰਕਰਾਊਡਡ ਨੇ ਸਾਨੂੰ ਸੀਨੀਅਰ ਸਿਟੀਜ਼ਨ ਵੀ ਚਾਹੀਦੇ ਨੇ ਇੱਥੇ ਆਪਣੇ ਸੈਂਟਰ ਚਾਹੀਦੇ ਨੇ ਮੈਂ ਫੇਰ ਖੁਸ਼ਕਿਸਮਤੀ ਸਮਝਦਾ ਕਿ ਅੱਜ ਜਿਹੜੇ ਦੋ ਗੁਰੂ ਘਰ ਮੇਨ ਨੇ ਐਸ ਏਰੀਆ ਦੇ ਵਿੱਚ ਜਾਂ ਬਾਕੀ ਵੀ ਨੇ ਇਹ ਆਪਣੇ ਤੌਰ ਤੇ ਵਧੀਆ ਤੋਂ ਵਧੀਆ ਜਿਹੜਾ ਵਾ ਉਹ ਪ੍ਰਾਲਾ ਮਾਰਦੇ ਨੇ ਜਿੰਨੇ মিডিਆ ਵਾਲੇ ਵੀਰ ਆ ਉਹ ਵੀ ਪ੍ਰਾਲਾ ਮਾਰਦੇ ਨੇ ਪਰ ਅਸੀਂ ਇਸ ਚੀਜ਼ ਤੇ ਜ਼ਰੂਰ ਬਚਨ ਬੰਦਵਾ ਕਿ ਜੇ ਕੋਈ ਵੀ ਆ ਅਸੀਂ ਉਹਦੇ ਨਾਲ ਤਨੋਂ ਮਨੋਂ ਤੁਹਾਨੂੰ ਸਪੋਰਟ ਦੇਣ ਨੂੰ ਤਿਆਰ ਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜ ਦੇ ਵਿੱਚ ਜੇ ਤੁਸੀਂ ਨਹੀਂ ਹੁੰਦੇ ਅੱਗੇ ਸਾਡਾ ਕੰਮ ਹੁੰਦਾ ਸਾਡੇ ਬੰਦਿਆਂ ਦਾ ਜਿੰਨੇ ਵੀ ਆ ਗਏ ਨੇ ਅਸੀਂ ਅਗਲੇ ਨੂੰ ਪੈਸੇ ਵੀ ਦੇ ਦਿੰਨੇ ਆ ਉਹ ਫੋਟੋਆਂ ਚਾਰ ਖਿਚਾ ਕੇ ਉਹ ਆਪਣੇ ਜਾ ਕੇ ਵੇਜਦੇ ਜਦੋਂ ਉਹਨਾਂ ਦੀ ਇਲੈਕਸ਼ਨ ਹੁੰਦੀ ਆ ਉਦੋਂ ਤੁਹਾਨੂੰ ਯਾਦ ਕਰਦੇ ਨੇ ਅਗਰ ਤੁਸੀਂ ਆਪਣਾ ਕੋਈ ਨਾ ਕੋਈ ਆਪਣੇ ਬੈਨੀਫਿਟ ਗੇਨ ਕਰਨੇ ਨੇ ਤੇ ਆਪਣੀ ਕਮਿਊਨਿਟੀ ਦਾ ਜਿਹੜਾ ਬੰਦਾ ਵਾ ਉਹਨੂੰ ਆਪਣਾ ਜਾਂ ਭੈਣ ਆ ਸਾਡੀ ਕੋਈ ਵੀ ਆ ਉਹਨੂੰ ਆਪਣਾ ਲਗਟ ਕਰਕੇ ਭੇਜੀਏ ਤਾਂ ਕਿ ਅਸੀਂ ਆਪਣੇ ਇਸ ਕੰਟਰੀ ਦੇ ਜਿਹਨੇ ਰਹਿੰਦੇ ਆ ਉੱਥੇ ਅਸੀਂ ਆਪਣੀ ਆਵਾਜ਼ ਜਿਹੜੀ ਆ ਉਹਨੂੰ ਕੰਸਰਨ ਕਰ ਸਕੀਏ ਇਹ ਪਹਿਲੀ ਵਾਰੀ ਨਿਊਯਾਰਕ ਸਿਟੀ ਦੀ ਹਿਸਟਰੀ ਦੇ ਵਿੱਚ ਹੋਇਆ ਜੇ ਦਾਸ ਨੂੰ ਹਿਊ ਚਨ ਮਿਲਿਆ ਤੇ ਮੇਰਾ ਖਿਆਲ ਵੀ ਉਹਨਾਂ ਨੇ ਸਾਡੀ ਸਿੱਖ ਕਮਿਊਨਿਟੀ ਨੂੰ ਵੇਖ ਕੇ ਯੋਰਾਵਨ ਨੇ ਸਿਕਨਰ ਜੀ ਲਈ ਅਪਾਇੰਟਮੈਂਟ ਦਿੱਤੀ ਆ ਮੈਂ ਸਾਰੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਜਦੋਂ ਤੁਸੀਂ ਕਹੇ ਕਮਿਊਨਿਟੀ ਜਾ ਕੇ ਕੰਮ ਕਰਦੇ ਜੇ ਜਦੋਂ ਬੋਲਦੇ ਜੇ ਤੇ ਉੱਥੇ ਤੁਹਾਡੀ ਆਵਾਜ਼ ਜਿਹੜੀ ਉਹ ਬੁਲੰਦ ਹੁੰਦੀ ਆ ਇਸ ਕਰਕੇ ਮੈਂ ਸਮਝਦਾ ਕਿ ਜਿੰਨੇ ਮੇਰੇ ਵੀਰ ਆਏ ਨੇ ਇਹ ਸਾਰਿਆਂ ਦੇ ਵੀਊ ਲੋ ਤੇ ਅਸੀਂ ਵੱਧ ਤੋਂ ਵੱਧ ਕੋਈ ਵੀ ਸਾਡੀ ਸਿੱਖੀ ਦਾ ਕੋਈ ਵੀ ਕੰਮ ਹੋਵੇ ਸਾਡੇ ਮਲਕ ਇੰਡੀਅਨ ਕਮਿਊਨਿਟੀ ਦਾ ਕੋਈ ਵੀ ਕੰਮ ਹੋਵੇ ਸਾਡੇ ਕੁਇਨਸ ਦਾ ਕੋਈ ਵੀ ਕੰਮ ਹੋਵੇ ਰਿਗਾਰਡਲੈਸੋ ਕਿਸੇ ਰਿਲੀਜੀਅਸ ਨੂੰ ਬਿਲੋਂਗ ਕਰਦਾ ਹੋਵੇ ਅਸੀਂ ਇਸ ਏਰੀਆ ਦੀ ਜਿਹੜੀ ਉਹ ਜਿਆਦਾ ਜਿਹੜੀ ਇੰਪ ਜਿਵੇਂ ਗਾਹ ਹਸਪੀਟਲ ਹੈ ਤੇ ਐਡੂ ਕੁਇਨਸੈਲਮਸ ਹਸਪੀਟਲ ਬਾਕੀ ਵੇਖੋ ਤੁਸੀਂ ਹਰ ਕਮਿਊਨਿਟੀ ਦੇ ਵਿੱਚ ਬਹੁਤ ਬਹੁਤ ਹਸਪੀਟਲ ਨੇ ਅਸੀਂ ਆਪਣੇ ਜਿਹੜੀ ਆ ਅਸੀਂ ਪੂਰੀ ਤਰ੍ਹਾਂ ਤੁਹਾਡੀ ਸਪੋਰਟ ਕਰਨ ਨੂੰ ਤਿਆਰ ਆ ਚੇਚੇ ਤੌਰ ਤੇ ਜਸ ਪੰਜਾਬੀ ਨੂੰ ਇਸ ਚੀਜ਼ ਦੀ ਵਧਾਈ ਦਿੰਨੇ ਆ ਕਿ ਜਿਹੜਾ ਤੁਸੀਂ ਇਹ ਇਸ਼ੂ ਲੈ ਕੇ ਆਏ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਇੱਥੇ ਗੁਰਦੇਵ ਸਿੰਘ ਕੰਗਹੁਰਾ ਨੇ ਕਿਹਾ ਸੀ ਕਲਚਰ ਸੁਸਾਇਟੀ ਦੀ ਗੱਲ ਕਰੀਏ ਤੇ ਉਹਨਾਂ ਦੀ ਵੀ तमाम ਜਿਹੜੇ ਮੈਂਬਰਸ ਨੇ ਉਹ ਵੀ ਪਹੁੰਚ ਹੋਏ ਨੇ ਮੁਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ ਹਰਜੀਤ ਰਿਆੜ ਬੂਟਾ ਚੀਮਾ ਤੇ तमाम ਹੋਰ ਸਖਸ਼ਿਤਾ ਜਿਹੜੀਆਂ ਸੇ ਕਲਚਰ ਸੁਸਾਇਟੀ ਨਾਲ ਸੰਬੰਧ ਰੱਖਦੀਆਂ ਹਨ ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਹਨ ਆ ਬਾਬਾ ਮੱਖਣਸ਼ਾਲੂਬਾਨਾ ਸਿਕ ਸੈਂਟਰ ਤੋਂ ਰਗੂਬੀਰ ਸਿੰਘ ਸੁਭਾਨਪੁਰ ਬਲਦੇਵ ਸਿੰਘ ਗਿਲਜੀਆ Pritam Singh Giljia Himmat Singh ਸਰਪੰਚ ਬਾਕਾਇਦਾ تھے ਉਹਨਾਂ ਨੇ ਸ਼ਮੂਲਤ ਕੀਤੀ ਤੇ ਜਿਵੇਂ ਕਹਿੰਦੇ ਆ ਕਿ ਹਰ ਸਟੂਡੈਂਟ ਨੂੰ ਟੀਚਰ ਦੀ ਲੋੜ ਹੈ ਹਰ ਪੋਲੀਟੀਸ਼ੀਅਨ ਨੂੰ ਇੱਕ ਮਾਸਟਰ ਦੀ ਲੋੜ ਹੈ ਸਾਡੇ ਕੋਲ ਵੀ ਇੱਕ ਮਾਸਟਰ ਨੇ ਉਹਨਾਂ ਨਾਲ ਵੀ ਤੁਹਾਨੂੰ ਮੁਲਾਕਾਤ ਕਰਾਵਾਂਗੇ ਫਿਲਹਾਲ ਰੁਕਰੇ ਇੱਕ ਬ੍ਰੇਕ ਲਈ ਮਿਲਦੇ ਆਂ ਬ੍ਰੇਕ ਤੋਂ ਬਾਅਦ ਬਾਦ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਲੈ ਕੇ ਹਾਜ਼ਰ ਹੋਇਆ ਨਵਾਂ ਪ੍ਰੋਗਰਾਮ ਵਾਈਟ ਹਾਊਸ ਟੂ ਯੋਰ ਹਾਊਸ ਜਿੱਥੇ ਫੈਡਰਲ ਗਵਰਨਮੈਂਟ ਤੇ ਲੋਕਲ ਗਵਰਨਮੈਂਟ ਦੇ ਵਿੱਚ ਇੰਨਾ ਵੱਡਾ ਗੈਪ ਹੈ ਕਿ ਅੱਜ ਲੋਕਲ ਲੈਵਲ ਤੇ ਲੋਕੀ ਸਫਰ ਕਰ ਰਿਹਾ ਹੈ ਐਂਡ ਫੈਡਰਲ ਗਵਰਨਮੈਂਟ ਇਦਾਂ ਲੱਗਦਾ ਕਿ ਸਾਡੀ ਆਵਾਜ਼ ਸੁਣ ਹੀ ਨਹੀਂ ਰਹੀ ਉੱਥੇ ਲੋਕਲ ਲੈਵਲ ਤੇ ਸਾਨੂੰ ਆਪਣੀ ਆਵਾਜ਼ ਚੱਕਣੀ ਪੈਣੀ ਹੈ ਲੋਕਲ ਲੈਵਲ ਦੀ ਜਦੋਂ ਗੱਲ ਆਉਂਦੀ ਹੈ ਤੇ ਸਾਡੇ ਲੋਕਲ ਪੋਲੀਟਿਸ਼ੀਅਨਸ ਸਾਡੀ ਮੇਨ ਮੁੱਦਿਆਂ ਨੂੰ ਡਿਸਕਸ ਵੀ ਕਰ ਰਹੇ ਹੈ ਅਗਰ ਅੱਜ ਕੋਵਿਡ ਨੂੰ ਤੁਸੀਂ ਛੱਡ ਦੋ ਇਸ ਕੰਟਰੀ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਇਕਨੋਮੀ ਨੂੰ ਲੈ ਕੇ ਹੈ ਹਰ ਇੱਕ ਬੰਦਾ ਸਫਰ ਕਰ ਰਿਹਾ ਹੈ ਫਾਈਨੈਂਸ਼ਲੀ ਕਿਸੇ ਨਾ ਕਿਸੇ ਲੈਵਲ ਤੇ ਤੇ ਜਿੱਥੇ ਇਕਨੋਮੀ ਤੇ ਬਿਜ਼ਨਸ ਦੀ ਗੱਲ ਆਉਂਦੀ ਹੈ ਸਾਡੀ ਕੌਮ ਦੇ ਵਿੱਚ ਖਾਸੀਅਤ ਹੈ ਅਨਟਰਪ੍ਰੈਨਿਉਰਸ਼ਿਪ ਦੀ ਬਿਜ਼ਨਸ ਦੀ ਇਸ ਟਾਊਨ ਹਾਲ ਦੇ ਵਿੱਚ ਇਸ ਖਾਸ ਪ੍ਰੋਗਰਾਮ ਦੇ ਵਿੱਚ ਕਿੰਨੇ ਕ ਬਿਜ਼ਨਸਮੈਨ ਅੱਜ ਮੌਜੂਦ ਹਨ ਬਟ ਉਨ੍ਹਾਂ ਤੋਂ ਗੱਲ ਕਰਨ ਤੋਂ ਪਹਿਲੇ ਸਾਡੇ ਨਾਲ ਪਹੁੰਚੇ ਹਨ ਮਿਸ ਜੈਨੀਫਰ ਰਾਜਕੁਮਾਰ ਜੈਨੀਫਰ One of the main things that you describe as being part of your priorities uh, should you successfully win this seat in the New York State Assembly, making you the first. Uh, South Asian women to do so is the economy. Uh, in Queens, New York, one of the most diverse boroughs in the United States, we have one of the highest levels of entrepreneurship within the immigrant population. What plans do you have for the economy, especially now, today, when the federal government seems deaf to our needs at the local level and the small businesses, the mom and pop shops that are the backbone of the communities that we love so much, are suffering more than anyone else? That is the question. Employment in New York is now 16%, which is double the national average. We have a budget hole in this state of $14 billion. So, economic recovery will indeed be a priority. Now, in order for us to get where we want to go, we really need leadership at the local level, at the state level. This here is a room full of leaders. So, we know what leadership is. Okay, and now, more than ever, leadership matters in government. It's never mattered more than now. We have seen leadership here in New York firsthand. Governor Cuomo of New York State is revered right now as someone who helped give us the facts and the figures and helped us contain the pandemic. That's what we need in our legislators as well, and that's what we need in our president. So I'm committed to all the economic recovery bills that are innovative bills that are going to give small businesses a break. I talked about the small business insurance bill which would give businesses a payout. It would make sure that the insurance companies pay out when the business is interrupted. This will save businesses. The little help that local government that state government can bring can really make life easier for businesses and workers and that will be a top priority of mine. Thank you so much, uh, Jennifer. We look forward to seeing how you carry these uh, plans uh, into action, how you execute on these promises. Uh, I want to kick it off to Harkirith Jo Sardinal Jurehu, businessman, local community leaders, Zeenal al Gal Karande. ਮੈਂ ਨਿਕਲਦਾ ਹੋਇਆ ਇਸ ਲਾਈਨ ਤੋਂ ਜ਼ਰੂਰ ਰਿਕੋਗਨਾਈਜ਼ ਕਰਨਾ ਚਾਹਉਣਾ ਹਰਜੀਤ ਸਿੰਘ ਰਿਆਰ ਜਸਵੰਤ ਸਿੰਘ ਜਸਾਜੀ ਅਤੇ ਤਾਰ ਸਿੰਘ ਚੀਮਾ ਜੀ ਇੱਥੇ ਮੌਜੂਦ ਸੀਗੇ ਸੋ ਕਹਿਣ ਦਾ ਭਾਵ ਹੈ ਸੀਗਾ ਕਿ ਤੁਹਾਨੂੰ ਮਿਲਵਾਨਾ ਸੀਗਾ ਹੁਣ ਅਸੀਂ ਕਿ ਜਿਵੇਂ ਪੋਲੀਟਿਸ਼ੀਅਨਸ ਨੂੰ ਵੀ ਗਾਈਡੈਂਸ ਦੀ ਲੋੜ ਹੈ ਤੇ ਕਮਿਊਨਿਟੀ ਨੂੰ ਵੀ ਇੱਕ ਮਾਸਟਰ ਦੀ ਲੋੜ ਹੈ ਸਾਡੇ ਨਾਲ ਹੁਣ ਮੌਜੂਦ ਨੇ ਕਮਿਊਨਿਟੀ ਦੇ ਮਾਸਟਰ ਨੂੰ ਕਿਹਾ ਵੀ ਜਾਂਦਾ ਹੈ ਮਾਸਟਰ ਮੋਹਿੰਦਰ ਸਿੰਘ ਫਸਟ ਆਫ ਆਲ ਆਈ ਵਿਲ ਕੰਗ੍ਰੈਚੂਲੇਟ ਜਸ ਪੰਜਾਬੀ ਦੇ ਗਿਵ ਅ ਨਿਊ ਅਵੇਕਨਿੰਗ i think it's new idea that how we have to participate in american politics i know that we have concern of the sikhs in india too but we have to create friend in whichever country we are living we are living in usa we are living in canada and when we have a representation in the usa assembly usa city council and in the congress then those people who are in charge who are putting us in trouble they were listen to us this is a new idea that everybody should think about it so mai congratulate karna aur pani ji da eh pehla jara step hai ajj tak mai hor kise tv station te nahi dikhe de. so mai leadership di gall aandi hai te mai samjhana leadership andar hundi jede andar leadership ni na He work hard, he work in the street, he speaks with unknown people and he does not have any idea what sort of behavior he will have it. He mobilized Sikh community, he mobilized Latino community, South Asian and the result is that Jennifer is sitting as a winning candidate of the state assembly and I'm too happy that this is from Amritsar, he's just like my daughter, and uh, we appreciate him and we support him. So first of all, I want to know, say that Sikhs have to create a leader who understands the constituencies, how many votes are there, how many, what is the democratic graphic figure of the community, how the votes are distributed among the community, and if we study it, and we motivate our friends to vote for that, sure sure, we can win two to three seats in the city council. Mr. Sanjeev Kumar is my friend, he's over here. He one day he spoke with me with the Belrose constituency and he said that we as Indians, including the Sikhs, are in large number if we organize, definitely we can win that seat. Similar thing is in the Richmond Hill. We can win Richmond Hill, if we know who are the voters and take time to go out to vote. Just talking does not solve any purpose. Every Sikh, every Richmond resident, if we make a mind that I will vote and I will vote, ask everybody to go vote. This is not a waste of time. This is the making of the future of the community. ਥੈਂਕ ਯੂ ਥੈਂਕ ਯੂ ਮਾਸਟਰ ਮੋਹਿੰਦਰ ਸਿੰਘ ਜੀ ਸੋ ਕਹਿੰਦਾ ਪਾਵ ਹੈਗਾ ਕਿ ਸਾਨੂੰ ਜਿਹੜੇ ਲੀਡਰਸ ਨੇ ਉਹ ਬਣਾਉਣੇ ਪੈਣੇ ਆ ਬਲਦੇਵ ਸਿੰਘ ਗਿਲ ਜੀ ਇੱਥੇ ਮੌਜੂਦ ਨੇ ਹੂ ਗੋਣਾ ਬੀ ਦਾ ਨੈਕਸਟ ਪ੍ਰੈਜ਼ੀਡੈਂਟ ਹੀ ਗੋਣਾ ਟੇਕ ਦੀ ਓਥ ਔਨ 4th ਆਫ ਅਕਤੂਬਰ ਬਲਦੇਵ ਸਿੰਘ ਗਿਲ ਜੀ ਆ ਜੀ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ ਮੈਂ ਚਾਹਾਂਗਾ ਕਿ ਤੁਸੀਂ ਵੀ ਸਾਡੀ ਕਮਿਊਨਿਟੀ ਨੂੰ ਦੱਸੋ ਕਿ ਹੁਣ ਤੁਸੀਂ ਵੀ ਇੱਕ ਅਹਿਮ ਜ਼ਿੰਮੇਵਾਰੀ ਸਾਹਮਣ ਜਾ ਰਹੇ ਹੋ ਸੋ ਕਿਵੇਂ ਜਾਗਰੂਕ ਕਰੋਗੇ ਤੁਸੀਂ ਆਪਣੀ ਸੰਗਤ ਨੂੰ ਅਬਾਊਟ ਅਮਰੀਕਨ ਪੋਲਿਟਿਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਜਸਪਜਾ ਬੀ ਦਾ ਥੈਂਕਸ ਕਰਦਾ ਹਾਂ ਕਿ ਬਹੁਤ ਹੀ ਵਧੀਆ ਅਤੇ ਨਵੇਂ ਪ੍ਰੋਗਰਾਮ ਲੈ ਕੇ ਆਉਂਦੇ ਹਨ ਕਮਿਊਨਿਟੀ ਵਾਸਤੇ ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਪ ਜੋ ਅਸੀਂ ਬਹੁਤ ਕੰਮ ਕਰ ਲਿਆ ਸਾਰਿਆਂ ਵੀਰਾਂ ਨੇ ਜੋ ਅਸੀਂ ਪਹਿਲਾਂ ਇੱਥੇ ਆਏ ਹਾਂ ਹੁਣ ਆਪਣੀ ਜਿਹੜੀ ਜਨਰੇਸ਼ਨ ਹੈ ਬੱਚੇ ਨੇ ਉਹਨਾਂ ਨੂੰ ਵੀ ਪੋਲਿਟਿਸ਼ੀਅਨ ਲੈ ਕੇ ਆਈਏ ਤੇ ਉਹ ਅੱਗੇ ਨਾਲ ਉਹਨਾਂ ਨੂੰ ਅੱਗੇ ਕਤਾਰ ਥਲਾਈਏ ਕਿਉਂਕਿ ਉਹ ਅੱਗੇ ਜਾ ਸਕਦੇ ਹਨ ਤੇ ਪੜ੍ਹੇ ਲਿਖੇ ਹਨ ਅਸੀਂ ਸਾਰਿਆਂ ਨੇ ਬਹੁਤ ਕੁਝ ਕਰ ਲਿਆ ਹੈ ਔਰ ਇਸ ਇਥੇ ਪੋਲਿਟਿਕਸ ਵਿੱਚ ਜਰੂਰ ਆਪਾਂ ਹਿੱਸਾ ਲਈਏ ਤਾਂ ਹੀ ਸਾਡੀ ਆਵਾਜ਼ ਗਾਂ ਸੁਣ ਜਾ ਸਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਕਮਿਊਨਿਟੀ ਇੱਥੇ ਪਹੁੰਚੀ ਹੋਈ ਹੈ ਵੱਖ-ਵੱਖ ਵੈਲਫੇਅਰ ਸੁਸਾਇਟੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਹਨ ਤਾਂ ਕਿ ਜਿਹੜੀ ਹੈ ਕਿ ਮਿਸਾਲ ਜਿਹੜੀ ਹੈਗੀ ਆ ਉਹ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਵੇਖਣ ਨੂੰ ਮਿਲੇ ਇੱਕ ਵੈਲਫੇਅਰ ਸੁਸਾਇਟੀ ਹੈ ਜਿਹਨੂੰ ਬੇਗੋਵਾਲ ਵੈਲਫੇਅਰ ਸੁਸਾਇਟੀ ਕਿਹਾ ਜਾਂਦਾ ਉਹਨਾਂ ਦੇ ਪ੍ਰੈਜ਼ੀਡੈਂਟ ਪੰਦਾ ਬੇਗੋਵਾਲ ਵੀ ਇੱਥੇ ਮੌਜੂਦ ਨੇ ਉਹ ਦੱਸਣਗੇ ਕਿ ਕਿੰਨੇ ਪਰਿਵਾਰ ਨੇ ਔਰ ਉਹਨਾਂ ਦੀ ਕਿੰਨੀ ਵੱਡੀ ਸਟਰੈਂਥ ਹੈਗੀ ਹੈ ਜਦ ਗੱਲ ਆਉਂਦੀ ਹੈ ਵੋਟਸਪੋਰਟ ਐਂਡ ਇਲੈਕਟ ਦੀ ਪੰਦਾ ਪੇਗੋਵਾਲ ਜੀ ਅ தி ਫਰਸਟ ਆਫ ਆਲ ਆਈ ਲਾਈਕ ਦੀ ਟਾਈਟਲ ði ਵਾਈਟ ਹਾਊਸ ਆਈ ਹੈਵ ਟੂ ਸਟੈਂਡ ਅਪ ði ਆਈ ਲਾਈਕ ਦੀ ਟਾਈਟਲ ði ਵਾਈਟ ਹਾਊਸ ਟੂ ਯੋਰ ਹਾਊਸ ਤੋ ਤੁਹਾਨੂੰ ਸਾਰਿਆਂ ਨੂੰ ਜਸ ਪੰਜਾਬੀ ਦੀ ਪੂ ਬੈਗਵਾਲ ਵੈਲਫੇਅਰ ਸਟਾਈਰੀ ਨੂੰ ਵਧਾਈਆਂ ਕਿ ਤੁਸੀਂ ਇਹ ਨਾਮੀ ਗ੍ਰਾਮੀ ਜਿਹੜੀਆਂ ਸਖਸ਼ੀਤਾ ਇੱਥੇ ਲੈ ਕੇ ਆਏ ਉਹਨਾਂ ਕੋਲ ਉਹਨਾਂ ਦੇ ਵਿਚਾਰ ਸੁਣ ਰਹੇ ਹੋ ਆ ਸਾਡੀਆਂ ਜਿਹੜੀਆਂ ਜਿਹੜਾ ਤੁਸੀਂ ਕੁਐਸਚਨ ਮੈਨੂੰ ਕੀਤਾ ਉਹ ਸਾਡੀਆਂ ਘੱਟ ਤੋਂ ਘੱਟ 125 ਫੈਮਿਲੀਆ ਬੈਗਵਾਲ ਦੀਆਂ ਜਿਹੜੀਆਂ ਇੱਥੇ ਮੌਜੂਦ ਨੇ ਏਟਲੀਸਟ ਹਰ ਘਰ ਦੇ ਵਿੱਚ 4-5 ਵੋਟਾਂ ਹੋਣਗੀਆਂ ਤੁਸੀਂ ਉਹਨੂੰ ਮਲਟੀਪਲਾਈ ਕਰਕੇ ਦੇਖ ਸਕਦੇ ਹੋ ਜੇ ਬੈਗਵਾਲ ਦੇ ਆਲੇ ਦੁਆਲੇ ਦੀ ਵਸਿੰਟੀ ਪੂਰੀ ਲਈਏ ਤੇ ਮੇਰਾ ਖਿਆਲ ਹੈ ਬਹੁਤ ਜਿਆਦਾ ਤਦਾਦ ਦੇ ਵਿੱਚ ਇੱਥੇ ਵੋਟਾਂ ਨੇ ਉਹ ਜਿਹੜੀਆਂ ਸਾਰੀਆਂ ਵੋਟਾਂ ਅਸੀਂ ਐ ਜੈਨੀਫਰ ਰਾਜਕਮਾਰ ਦੇ ਲਈ ਅਸੀਂ ਬੇਨਤੀ ਕਰਾਂਗੇ ਬਣਾ ਨੂੰ ਚਾਹੇ ਇਹਨਾਂ ਦੀ ਜਿਹੜੇ ਬੰਦੇ ਨੇ ਸਾਡੇ VOTING VOTING ਹੈ ਉਹਨਾਂ ਦੀ ਵੋਟਾਂ ਬਣੀਆਂ ਪਈਆਂ ਨੇ ਪਰ ਲੇਜੀ ਨੇ ਬੂਥ ਤੱਕ ਨਹੀਂ ਜਾ ਸਕਦੇ ਅਸੀਂ ਉਹਨਾਂ ਨੂੰ ਵੀ ਅ ਐਨਕਰਜ ਕਰਾਂਗੇ ਕਿ ਉਹ ਵੀ VOTING ਬੂਥ ਤੱਕ ਜਾ ਕੇ ਤੁਹਾਨੂੰ ਵੋਟ ਪਾਣ ਤੇ ਤੂੰ ਅਸੀਂ ਇਲੈਕਟ ਕਰੀਏ ਤੁਹਾਡੇ ਤੋਂ ਕੁਝ ਸਿੱਖੀਏ ਮੈਂ ਚਾਹਾਂਗਾ ਕਿ ਤੁਸੀਂ ਜਿਹੜੀ ਯੰਗ ਜਨਰੇਸ਼ਨ ਹੈ ਇਹਨਾਂ ਨੂੰ ਵੀ ਇਨਸਪਾਇਰ ਕਰੋ ਕਿਉਂਕਿ ਇਹਨਾਂ ਦੀ ਲੈਂਗੁਏਜ ਦੇ ਵਿੱਚ ਇਹਨਾਂ ਦੀ ਲੈਂਗੁਏਜ ਤੇ ਕਮਾਂਡ ਹੈ ਇਹ ਆਉਣ ਵਾਲੀ ਪਨੀਰੀ ਜਿਹੜੀ ਸਾਡੀ ਕੋਈ ਨਾ ਕੋਈ ਪੋਲਿਟਿਕਸ ਦੇ ਵਿੱਚ ਜ਼ਰੂਰੀ ਹੋਣੀ ਚਾਹੀਦੀ ਕਿਉਂਕਿ ਪੋਲਿਟਿਕਸ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਸੇ ਚੀਜ਼ ਦੀ ਤਰੱਕੀ ਨਹੀਂ ਕਰ ਸਕਦੇ ਇਫ ਵੀ ਆਰ ਨਾਟ ਇਨ ਪੋਲਿਟਿਕਸ ਥੈਂਕ ਯੂ ਆਪੰਦਾ ਬੇ ਗਵਾਲਜੀ ਸੁਖ ਕਹਿੰਦਾ ਭਾਵ ਹੈਗਾ ਕਿ ਜਿਹੜੀਆਂ ਹੁਣ ਸਾਡੀ ਸਟਰੈਂਥ ਅਸ਼ਮਿਤਾ ਉਹ ਵੀ ਲਗਾਤਾਰ ਬੰਡੀ ਜਾ ਰਹੀ ਹੈ ਤੁਸੀਂ ਵੇਖ ਪਾ ਰਹੇ ਹੋ ਕਿ ਜਿਹੜੇ ਸਾਡੇ ਹੁਣ ਲੀਡਰਸ ਨੇ ਉਹ ਕਿਵੇਂ ਲੀਡਰਸ ਕ੍ਰੀਏਟ ਕਰ ਰਹੇ ਨੇ ਹਿੰਮਤ ਸਿੰਘ ਸਰਪੰਚ ਰਗੂਬੀਰ ਸਿੰਘ ਸਬਾਨਪੁਰ Pritam Singh Giljiyan ਵੀ ਬਕਾਇਦਾ ਮੌਜੂਦ ਹਨ ਉਹਨਾਂ ਨਾਲ ਵੀ ਤਾਰੂਫ ਕਰਾਵਾਂਗੇ ਲੇਕਿਨ ਅਸ਼ਮਿਤਾ ਸਿਰਫ ਇੱਥੇ ਸਾਡੇ ਕਮਿਊਨਿਟੀ ਏਮਪਾਵਰਮੈਂਟ ਦੀ ਗੱਲ ਨਹੀਂ ਹੋ ਰਹੀ ਬਕਾਇਦਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਬਿਜ਼ਨਸ ਏਮਪਾਵਰਮੈਂਟ ਦੀ ਵੀ ਗੱਲ ਹੋ ਰਹੀ ਹੈ ਜਿੱਥੋਂ ਹਰਮਨ ਸਿੰਘ ਫਰਮ ਓਮਨੀ ਮੋਰਗੇਜ ਉਹ ਵੀ ਬਕਾਇ ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਲਾਈਨ ਤੋਂ ਮੈਂ ਜਾ ਰਿਹਾ ਹਾਂ ਉੱਥੇ ਮੈਂ ਰਿਕੋਗਨਾਈਜ਼ ਕਰਨਾ ਚਾਹਵਾਂਗਾ ਪ੍ਰੀਤਮ ਸਿੰਘ ਗਿਲਜੀਏ تھے ਮੌਜੂਦ ਨੇ ਪਰਮਜੀਤ ਸਿੰਘ ਬਿਗੋਵਾਲ ਜੋ ਕਿ ਫਾਊਂਡਰ ਮੈਂਬਰ ਨੇ ਬਲਵਿੰਦਰ ਰੋਕੀਏ تھے ਮੌਜੂਦ ਨੇ ਰਗੂਪੀਰ ਸਿੰਘ ਸੁਬਾਨਪੁਰ ਹਿੰਮਤ ਸਿੰਘ ਸਰਪੰਚ ਵਰਗੇ ਸਖਸ਼ਨਾਥੇ ਮੌਜੂਦ ਨੇ ਪਰ ਪ੍ਰੋਗਰਾਮ ਕਿਸ ਕਰਕੇ ਰੱਖਿਆ ਗਿਆ ਸੀਗਾ ਯੋਰ ਹਾਊਸ ਤੱਕ ਕਿਵੇਂ ਗੱਲਾਂ ਪਹੁੰਚਣ ਗਈਆਂ ਵਾਈਟ ਹਾਊਸ ਦੀਆਂ ਅੱਜ ਮੈਂ ਕਹਾਂਗਾ ਸ਼ੁਰੂਆਤ ਹੋਈ ਹੈ ਸਾਡੀ ਨਵੀਂ ਪਨੀਰੀ ਸਾਡਾ ਯੂਥ ਹੁਣ ਸਵਾਲ ਪੁੱਛਣਾ ਚਾਹੁੰਦਾ ਹੈ ਸਾਡੇ ਰਿਪਰੈਜ਼ੈਂਟੇਟਿਵਸ ਨੂੰ ਔਰ ਇਹੀ ਜਸ ਪੰਜਾਬੀ ਦਾ ਵੀ ਟੀਚਾ ਸੀਗਾ ਗੁਰਪ੍ਰਤਾਪ ਸਿੰਘ ਇੱਥੇ ਮੌਜੂਦ ਨੇ ਉਹ ਬਕਾਇਦਾ ਸਵਾਲ ਕਰਨਗੇ ਜਨਫਰ ਰਾਜਕੁਮਾਰ ਨੂੰ ਸਰਨਲ ਸਿਮਰਨਜੀਤ ਸਿੰਘ ਮੌਜੂਦ ਨੇ ਦੇ ਆਰ ਆਰ ਫਿਊਚਰ ਲੀਡਰਸ ਦੇ ਵਿਲ ਆਸਕ ਵਾਟ ਦੇ ਨੀਡ ਗੁਰਪ੍ਰਤਾਪ ਸਿੰਘ ਵਿਲ ਸਟਾਰਟ ਵਿਦ ਯੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Uh, this is my first uh, political event, and I think it's very important since in Sikh history, ever since our first guru, our first guru, Guru Nanak Devji, uh, he was the only person in all of India, the only uh, saintly person, a religious leader that was openly, uh, openly talk about the oppressive Mughal government, Babur. He went up to Babur, he confronted Babur, which no other spiritual leader did. Everyone just, so politics have been very important to us. Uh, and uh, I prepared a few questions, if that's fine. I prepared three questions. Um, so first one is, what education policies are you implementing for families in vulnerable positions during this coronavirus crisis? Well, number one is that I want to make education for, for families. So back in India, our families had the benefit of free education often. We need to bring that here higher education should be affordable for families and i'm going to make that a top priority in the state assembly um for my second question do you have any policies planned for new york city yellow cab drivers who have been severely impacted by covid-19 right now only one in four yellow cabs are currently operating and they have seen their earnings reduced in half but yellow cabs are the bread and butter for the majority of this community that's a wonderful question. First of all, the yellow cab drivers were unfortunately scammed by the city. And unfortunately, many of the medallion owners are going through a very difficult time trying to pay it back. That was an injustice. And the city owes those drivers their, their fair judgment. So they don't have to suffer as they're suffering. We must also look at the gig, gig workers, Uber drivers, Lyft drivers. So many in our communities belong to that. And the, those companies must treat those workers fairly. So oftentimes, those workers are misclassified, so the company can uh, not pay them their full benefits. And I'm going to make it a top priority to give those workers protection. Uh, thank you, Gurpatap. Saada jada third question hai ga, panch door offer. Uh, toh un jurd par shahman ke, kyuki sama hai na saade call hai ga sade kol, Simran Singh yatte majud nii, ona toh bhi Janardan koish kar diya. Is wala thoda. Wai Gurjika khalsa, Wai Gurjika fate. Sab tu paila, sare ay hoey. Main da. ਜਿਆਨੂ ਔਰ ਮੈਂ ਧੰਨਵਾਦ ਕਰਦਾ ਹਾਂ ਜਸ ਪੰਜਾਬੀ ਚੈਨਲ ਨੂੰ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਵਧੀਆ ਇੱਕ ਪ੍ਰੋਗਰਾਮ ਲਿਆ ਕੇ ਔਰ ਇਹਦੇ ਚ ਪੂਰਾ ਜਿਹੜੀ ਕਰੀਮ ਮੈਂ ਕਹਿੰਨਾ ਵਾ ਨਿਊਯਾਰਕ ਦੀ ਇਸ ਵੇਲੇ ਮੌਜੂਦ ਹੈ ਇੱਥੇ ਰਾਇਲ ਪੈਲੇਸ ਚ ਸੋ ਬਹੁਤ ਹੀ ਵਧੀਆ ਮੈਂ ਕਹਿੰਨਾ ਵਾ ਪ੍ਰੋਗਰਾਮ ਚੱਲਦਾ ਪਿਆ ਸੋ ਕੁਐਸਚਨ ਹੈਗਾ ਇਹ ਵਾਈਟ ਹਾਊਸ ਟੂ ਯੋਰ ਹਾਊਸ ਤੱਕ ਤੁਸੀਂ ਬਹੁਤ ਜਰਾ ਵਧੀਆ ਪ੍ਰੋਗਰਾਮ ਬਣਾਇਆ ਪਰ ਹੁਣ ਜਿਹੜੇ ਯੂਥ ਏ ਫਰਮ ਯੋਰ ਹਾਊਸ ਟੂ ਵਾਈਟ ਹਾਊਸ ਕਿਤਾ ਪਹੁੰਚ ਸਕਦੀ ਏ ਇਫ ਆਮ ਕਰੈਕਟ ਦਸ ਇਫ ਦਸ ਅਨਸਰ ਸੋ ਮੇਨ ਜੋ ਮੈਚ ਇਜ਼ ਸਭ ਤੋਂ ਪਹਿਲਾ ਸਟੈਪ ਕਹਿਣਾ ਵਾਂ ਕਿ ਜਿੰਨਾ ਜਿੰਨਾ ਕੋਲ ਸਿਟੀਜ਼ਨਸ਼ਿਪ ਇਸ ਵੇਲੇ ਨਹੀਂ ਹੈਗੀ ਸਭ ਤੋਂ ਜ਼ਰੂਰੀ ਸਟੈਪ ਉਹ ਏ ਕਿ ਉਹ ਪਹਿਲਾ ਆਪਣੀ ਸਿਟੀਜ਼ਨਸ਼ਿਪ ਅਪਲਾਈ ਕਰੇ ਜੇ ਤੁਹਾਡਾ ਕੋ ਸਿਟੀਜ਼ਨਸ਼ਿਪ ਹੋਏਗੀ ਫਿਰ ਤੁਸੀਂ ਵੋਟ ਕਰ ਸਕਦੇ ਹੋ ਜੇ ਜੀ ਦੂਜੀ ਗੱਲ ਏ ਜੈਨਫਰ ਹਰ ਰਾਜਕਮਰ ਨਾਲ ਸਾਡੀ ਤੋਂ ਤੇਨ ਪੱਲਾ ਮੁਲਕਾਤ ਹੋਈ ਏ ਉਹਨਾਂ ਨੇ ਮੇਰੇ ਬ੍ਰਦਰ ਛੋਟੇ ਵੀਰ ਜਸਪੀ ਸਿੰਘ ਨਾਲ ਗੱਲਬਾਤ ਕੀਤੀ ਕਿ ਜੇ ਸਾਡੇ ਗੁਰੂ ਘਰਾਂ ਦੇ ਵਿੱਚ ਕੋਈ ਪੋਲਿੰਗ ਬੂਥ ਹੋਣ VOTING ਲਈ ਤੇ ਜਿਨ੍ਹਾਂ ਕੋਲ ਜਿੱਦਾ ਭਿੰਦੇ ਭਾਈ ਹਰੀਖੂ ਨਹੀਂ ਕਹਿੰਦੇ ਪਈ ਕਿਉਂਕਿ ਸਾਡੇ ਲੋਕ ਲੇਦੀ ਹੋ ਜਾਂਦੇ ਨੇ VOTING ਕਰਨ ਜਾਂਦੇ ਨਹੀਂ ਹੈਗੇ ਜਸ ਬਿਕਾਸ ਦੇ ਡੋਨਟ ਵਾਂਟ ਟੂ ਗੋ ਟੂ ਐਂਡ ਇੰਟਰਫੀਅਰ ਵਿਦ ਇੰਟਰੈਕਟ ਵਿਦ ਅਦਰ ਪੀਪਲ ਸੋ ਜੇ ਸਾਡੇ ਗੁਰੂ ਘਰਾਂ ਵਿੱਚ ਕੋਈ ਪੋਲਿੰਗ ਬੂਥ ਹੋ ਜਾਣ ਉਹ ਵੀ ਬਹੁਤ ਵਧੀਆ ਹੋਏਗਾ ਐਂਡ ਆਬਵੀਅਸਲੀ ਇਫ ਵੀ ਹੈਵ ਪੋਲਿੰਗ ਬੂਥਸ ਸੋ ਆਪਾਂ ਆਪਣਾ ਕੋਈ ਬੰਦਾ ਖੜਾ ਕਰ ਸਕਦੇ ਆ ਤੇ ਉਹਨਾਂ ਨੂੰ ਆਪਾਂ ਪੋਲਿੰਗ ਬੂਥ ਹੋਣਾ ਬਹੁਤ ਜ਼ਰੂਰੀ ਹੈ ਥੈਂਕ ਯੂ ਸੁਮਨਜੀਤ ਸਿੰਘ ਜੀ ਰਗੂਬੀਰ ਸਿੰਘ ਸੁਬਾਨਪੁਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਵਾਟ ਯੂ ਵਾਂਟ ਰਗੂਬੀਰ ਜੀ ਤੁਸੀਂ ਕਾਫੀ ਜਿਹੜੀ ਹੈਗੀ ਐਂਡੋਰਸਮੈਂਟ ਵਕ ਵਕ ਪੋਲਿਟਿਸ਼ੀਅਨਸ ਨੂੰ ਕਰਦੇ ਹੋ ਕਿਉਂ ਕਰਦੇ ਹੋ ਪਹਿਲਾਂ ਤਾਂ ਮੈਂ ਜਰੂਰ ਜਾਨਣਾ ਚਾਹਾਂਗਾ ਸਾਡਾ ਮਕਸਦ ਕੀ ਔਰ ਸਾਨੂੰ ਡੋਨੇਸ਼ਨਸ ਦੇਣੀ ਕਿਉਂ ਚਾਹੀਦੀ ਹੈ ਔਰ ਬਦਲੇ ਦੇ ਤੋਂ ਸਾਨੂੰ ਕੀ ਲੈਣਾ ਚਾਹੀਦਾ ਉਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਜਸ਼ ਪੰਜਾਬੀ ਦਾ ਬਹੁਤ ਧੰਨਵਾਦ ਕਿ ਬਹੁਤ ਹੀ ਵਧੀਆ ਪ੍ਰੋਗਰਾਮ ਇਨਾਉਲੀ ਕੀਤਾ ਦੂਸਰਾ ਇੱਥੇ ਜੁਥੇ ਵੀ ਬੈਠੇ ਨੇ ਤੇ ਸੀਨੀਅਰ ਫਸਜੀ ਹਸਦੇ ਵੀ ਕਾਫੀ ਲੋਕ ਬੈਠੇ ਨੇ ਕਿ ਕਾਫੀ ਲੰਮੇ ਸਮੇਂ ਤੋਂ ਕਮੇਟੀਆਂ ਨੂੰ ਜੋ ਰਿਪਰਜੈਂਟ ਕਰਦੇ ਨੇ ਵੇਖੋ ਅਸੀਂ ਇੱਕ ਪਲੇਟਫਾਰਮ ਤਿਆਰ ਕੀਤਾ ਜਿਵੇਂ ਗੱਲ ਕਰਲਾਂ 20-25 ਸਾਲ ਤੋਂ ਅਸੀਂ ਇੱਥੇ ਜਿਹੜੇ ਪੋਲੀਟਿਸ਼ੀਨ ਵੱਡੇ ਤੋਂ ਵੱਡੇ ਮੇਰ ਤੱਕ ਤੇ ਛੋਟੇ ਕੌਂਸਲ ਮੈਂ ਤੁ ਲੈ ਕੇ ਅਸੈਂਬਲੀ ਮੈਂ ਸਾਰੇ ਸੈਨੇਟਰ ਵਗੈਰਾ ਉਹਨਾਂ ਨੂੰ ਵੱਖ-ਵੱਖ ਗੁਰੂ ਘਰਾਂ ਵਿੱਚ ਲੈ ਕੇ ਜਾਂਦੇ ਆ ਤੇ ਜਿੱਥੇ ਆਪਣੀ ਗਿਣਤੀ ਦੱਸਦੇ ਆ ਉਧਰ ਨਾਲ ਨਾਲ ਉਹਨਾਂ ਦੇ ਹੀ ਫੰਡ ਰੇਜ਼ ਵੀ ਕਰਦੇ ਬਹੁਤ ਬੱਡੇ ਤਾਂ ਇੱਕ ਪਲੇਟਫਾਰਮ ਕੀ ਜਿਹੜੀ ਪਹਿਚਾਣ ਜਿਹੜੀ ਹੈ ਸਿੱਖਾਂ ਦੀ ਬਹੁਤ ਵਧੀਆ ਉਹਨਾਂ ਤੋਂ ਬਣ ਚੱਕੀ ਹੈ ਸਾਡੀ ਡਾਇਰੈਕਟ ਅਪਰੋਚ ਹੈ ਅਸੀਂ ਆਪਣੇ ਫੋਨ ਤੋਂ ਸੈਲ ਫੋਨ ਤੋਂ ਉਹਨਾਂ ਨੂੰ ਫੋਨ ਕਰ ਸਕਦੇ ਆ ਸਾਡਾ ਫੋਨ ਚੱਕਦੇ ਨੇ ਤੇ ਜਵਾਬ ਹੀ ਦਿੰਦੇ ਹਨ ਪਰ ਇਹ ਅਨਾਫ ਨਹੀਂ ਸਾਡੇ ਵਾਸਤੇ ਮੈਂ ਚਾਹੁੰਨਾ ਆ ਕਿ ਸਾਡੀ ਜਿਹੜੀ ਜਨਰੇਸ਼ਨ ਸੈਕੰਡ ਜਿਹੜੇ ਵਿਚ ਆ ਰਹੀ ਹੈ ਫਸਟ ਜਿਹੜੇ ਸੈਕੰਡ ਜਿਹੜੇ ਸਾਡੇ ਵਿੱਚ ਕੁਆਲੀਫਾਈ ਬੱਚੇ ਬਹੁਤ ਨੇ ਸਿਰਫ ਉਹਨਾਂ ਨੂੰ ਇਹ ਪਲੇਟਫਾਰਮ ਤੇ ਅੱਗੇ ਲਿਆਂਦੇ ਦੀ ਜਰੂਰਤ ਹੈ ਜਿਸ ਤਰ੍ਹਾਂ ਅੱਜ ਆਏ ਨੇ ਸਾਡੀ ਮੇਰੀ ਦੂਸਰੇ ਵੀ ਲੀਡਰਾਂ ਨਾਲ ਘਰ ਵੀ ਆਏ ਸੀ ਗੱਲਬਾਤ ਹੋਈ ਹੈ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਜੰਗ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ ਕਿ ਜੇ ਆਪਾਂ ਦੇਖਿਆ ਜਾਏ ਕਿ ਪੋਲੀਟੀਸ਼ਨ ਇੰਡੀਆ ਨਾਲ ਕੋਈ ਜਾਦੇ ਵਖਰੇ ਨੇ ਜਾਦਾ ਵਖਰੇਵਾ ਨਹੀਂ ਕਿਉਂਕਿ ਹਰ ਪੋਲੀਟੀਸ਼ਨ ਚਾਹੁੰਦਾ ਕਿ ਮੈਂ ਪੂਰੀ ਆਪਣੀ ਪਕੜ ਲੰਬੇ ਸਮੇਂ ਬਣਾਈ ਰੱਖਾ ਤੇ ਉਸ ਤੋਂ ਬਾਅਦ ਮੇਰਾ ਬੱਚਾ ਵੀ ਆ ਗਿਆ ਅਸੀਂ ਇਹਨਾਂ ਦੀ ਸਪੋਰਟ ਕਰਦੇ ਸੀ ਕਰਾਂਗੇ ਵੀ ਪਰ ਇਹ ਚੌਨੇ ਦੇ ਨਾਲ ਸਾਡੇ ਜੋ ਬੱਚੇ ਕੁਆਲੀਫਾਈ ਨੇ ਜੋ ਬੱਚੇ ਪੋਜੀਸ਼ਨਾਂ ਤੇ ਜਾ ਸਕਦੇ ਹਨ ਸਾਡੀ ਕਮੇਟੀ ਮਦਦ ਕਰੇਗੀ ਉਹਨਾਂ ਦੀ ਪਰਾਹੀ ਜੰਮਿਆ ਉਹ ਵੀ ਸਾਡੀ ਮਦਦ ਕਰ ਉਹ ਵੀ ਸਾਨੂੰ ਡਰਸ ਜੋ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ ਬਕਾਇਦਾ ਬਿਲਕੁਲ ਰਗੂਵੀਰ ਸਿੰਘ ਜੀ ਬਿਲਕੁਲ ਜੋ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ ਜੋ ਉਹਨਾਂ ਨੂੰ ਜਿਵੇਂ ਰਗੂਵੀਰ ਸਿੰਘ ਹੋਣਾ ਨੇ ਕਿਹਾ ਕਿ ਜੋ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਂਦੇ ਹਨ ਉਹਨਾਂ ਤੋਂ ਵੀ ਸਵਾਲ ਪੁੱਛਣੇ ਬਣਦੇ ਹਨ ਡਾਕਟਰ ਰਾਜਵਿੰਦਰ ਕੌਰ ਜੋ ਕਿ ਵਲੰਟੀਅਰ ਕਰ ਰਹੇ ਹਨ ਜੈਨੇਫਰ ਰਾਜਕੁਮਾਰ ਨੂੰ ਸਵਾਲ ਇੱਥੇ ਵੀ ਬੜਦਾ ਮੈਂ ਚਾਹਾਂਗਾ ਰਾਜਵਿੰਦਰ ਕੌਰ ਜੀ ਤੁਸੀਂ ਇੱਥੇ ਆਓ ਤੁਸੀਂ ਅੱਜ ਬਕਾਇਦਾ ਸ਼ਮੂਲੀਅਤ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਔਰ ਤੁਸੀਂ ਵਲੰਟੀਅਰ ਵੀ ਕਰ ਰਹੇ ਹੋ ਮੈਂ ਤੁਹਾਡੇ ਤੋਂ ਦਰਖਾਸਤ ਕਰਾਂਗਾ ਮੈਂ ਚ ਕਿ ਕੀ ਇਹ ਵੇਕਿੰਗ ਹੋਵੇਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਬਹੁਤ ਬਹੁਤ ਤਨਵਾਦੀਆਂ ਫਸਟ ਆਫ ਆਲ ਜਸ ਪੰਜਾਬੀ ਦਾ ਜਿਨ੍ਹਾਂ ਨੇ ਇਹ ਸਾਨੂੰ ਇੱਕ ਮੌਕਾ ਦਿੱਤਾ ਕਿ ਜਿਹੜੀ ਸਾਡੀ ਪਬਲਿਕ ਹੈਗੀ ਆ ਜਿਹੜੇ ਸਾਡੇ ਲੋਕ ਹੈਗੇ ਆ ਉਹ ਪੋਲੀਟੀਸ਼ੀਨ ਨੂੰ ਫੇਸ ਟੂ ਫੇਸ ਕੋਈ ਕੁਐਸਚਨ ਕਰ ਪਾਣ ਕਿਉਂਕਿ ਆਲਵੇਜ਼ ਇਹੀ ਹੁੰਦਾ ਆ ਕਿ ਪੋਲੀਟੀਸ਼ੀਨ ਜਿਹੜੇ ਆ ਉਹ ਸਾਡੇ ਕੋਲ ਵੋਟ ਵੀ ਲੈ ਜਾਂਦੇ ਨੇ ਤੇ ਸਾਡੇ ਕੋਲੋਂ ਨੋਟ ਵੀ ਲੈ ਜਾਂਦੇ ਨੇ or fear i'm just proud of jennifer rajkumar my sister like she's here today to give you all your answers so we invited other candidates too but they didn't get a chance to come here but i'm really just proud of her like she's always wherever the community needs, she's her presence is there so ਮੈਂ ਸਭ ਤੋਂ ਪਹਿਲਾਂ ਹਰਕੀਰਤ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਮੈਂ ਇਹਨਾਂ ਤੋਂ ਬੜੀ ਇਨਸਪਾਇਰ ਹੁੰਨੀ ਆ ਮੇਰੇ ਛੋਟੇ ਬ੍ਰਦਰ ਹੈ ਕਿ ਦੇਖੋ 1.5 ਸਾਲ ਤੋਂ ਇਹਨੂੰ ਹੋ ਗਿਆ ਇੰਡੀਆ ਤੋਂ ਆਏ ਨੂੰ ਅਜੇ ਇਹ ਬੱਚੇ ਨੇ ਕਿੱਥੇ ਤੱਕ ਤਰੱਕੀ ਕਰ ਲਈ ਆ ਸੋ ਜੰਗ ਜਨਰੇਸ਼ਨ ਜਿਹੜੀ ਸਾਡੀ ਉਹਨਾਂ ਨੂੰ ਮੇਰੀ ਇਹ ਹੰਬਲ ਰਿਕਵੈਸਟ ਹੈ ਕਿ ਜਿਹੜੇ ਪ੍ਰੋਗਰਾਮ ਸਾਡਾ ਦੇਖਦੇ ਨੇ ਜਾਂ ਦੇਖਣਗੇ ਪਲੀਜ਼ ਤੁਸੀਂ ਪੋਲਿਟਿਕਸ ਵਿੱਚ ਆਓ ਜੈਨੀਫਰ ਰਾਜਕਮਾਰ ਆਲਵੇਸ ਤੁਹਾਨੂੰ ਕਹਿੰਦੇ ਕਿ ਅਸੀਂ ਬਾਹ ਫੜਾਂਗੇ ਤੁਹਾਡੀ ਬਾਕੀ ਜਿਹਦਾ ਸਿਮਰਜੀਤ ਸਿੰਘ ਨੇ ਕਵੈਸਚਨ ਕੀਤਾ ਸੀਗਾ ਕਿ ਵਾਈਟ ਹਾਊਸ ਤੋਂ ਅਵਰ ਹਾਊਸ ਤੇ ਆ ਸਕਦੇ ਆ ਤੇ ਅਵਰ ਹਾਊਸ ਤੋਂ ਵਾਈਟ ਹਾਊਸ ਕਿੱਦਾਂ ਜਾ ਸਕਦੇ ਆ ਉਸੇ ਲਈ ਸਾਡੇ ਜੈਨੀਫਰ ਰਾਸ਼ਕਮਾਨ ਨੂੰ ਅਸੀਂ ਜਿਹੜਾ ਆ ਉਹ ਚਾਹਨੇ ਆ ਕਿ ਤੁਸੀਂ ਵੋਟ ਪਾਓ ਸਪੋਰਟ ਕਰੋ ਤੇ ਆਪਾਂ ਇਹਨਾਂ ਨੂੰ ਲੈ ਕੇ ਆਈਏ ਤਾਂ ਇਹ ਤੁਹਾਨੂੰ ਲੈ ਕੇ ਜਾਣਗੇ ਅਵਰ ਹਾਊਸ ਟੂ ਵਾਈਟ ਹਾਊਸ ਥੈਂਕ ਯੂ ਸੋ ਮੱਚ ਬਿਲਕੁਲ 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 ਸੋ ਇਹੀ ਗੱਲ ਬਣਦੀ ਹੈ ਕਿ ਆਪਾਂ ਕਿਵੇਂ ਲੈ ਕੇ ਜਾਈਏ ਔਰ ਜਿਹੜੇ ਸਾਡੇ ਲੀਡਰਸ ਨੇ ਉਹ ਵੀ ਲੀਡਰਸ ਕ੍ਰੀਏਟ ਕਰ ਰਹੇ ਨੇ ਉਹਨਾਂ ਵਿੱਚੋਂ ਇੱਕ ਜਤਿੰਦਰ ਸਿੰਘ ਬੋਪਾ ਰਾਏ ਸਾਡੇ ਨਾਲ ਮੌਜੂਦ ਨੇ ਜੋ ਕਿ ਮੁਖ ਸੇਵਾਦਾਰ ਹਨ ਗੁਰਦੁਆਰਾ ਸਾਹਿਬਾਨ ਸਿਕ ਕਲਚਰ ਸੁਸਾਇਟੀ ਦੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਸਵਾਲ ਵੱਡਾ ਬਣਦਾ ਇੱਥੇ ਪ੍ਰਧਾਨ ਸਾਹਿਬ ਕਿ ਹੁਣ ਆਪ ਸਾਡੇ ਜਿਹੜੇ ਨਵੀ ਪਨੀਰੀਆ ਉਹ ਕਿਵੇਂ ਪਹੁੰਚੇਗੀ ਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜਸ ਪੰਜਾਬੀ ਦੀ ਸਮੁੱਚੀ ਟੀਮ ਨੂੰ ਵਧਾਈ ਦਿਨਾ ਕਿ ਜਿੰਨਾ ਬੜਾ ਸੋਹਣਾ ਪਲੇਟਫਾਰਮ ਲਿਆਂਦਾ ਵਾ ਉਸ ਤੋਂ ਬਾਅਦ ਮੈਂ ਜੈਨੀਫਰ ਰਾਜਕੁਮਾਰ ਜੀ ਨੂੰ ਵਧਾਈ ਦਿਨਾ ਵਾਂ ਕਿ ਜਿਹੜੇ ਫਰਸਟ ਲੇਡੀ ਆ ਏਸ਼ੀਅਨ ਜਿਹੜੇ ਆ ਉਹ ਅਸੈਂਬਲੀ ਦੇ ਵਿੱਚ ਆਉਂਦੇ ਆ ਇਹਦੇ ਨਾਲ ਨਾਲ ਮੈਂ ਸਰਦਾਰ ਗੁਰਦੇਵ ਸਿੰਘ ਜੀ ਕੰਗ ਜਿਹੜੇ ਹਿਊਮਨ ਰਾਈਟਸ ਦੇ ਕਮਿਸ਼ਨਰ ਨੇ ਇਨਾਂ ਦਾ ਵੀ ਬੜਾ ਵੱਡਾ ਯੋਗਦਾਨ ਆ ਜੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਤਾਂ ਮੈਂ ਦੱਸਣਾ ਚਾਹੁੰਨਾ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਆਪਣੇ ਭਰਾ ਸਰਦਾਰ ਸਿੱਖ ਦੋਵਾਂ ਪਾਰਟੀਆਂ ਦੇ ਕੈਂਡੀਡੇਟ ਖਲੋਤਦੇ ਹੁੰਦੇ ਹੀ ਮੇਰਦੇ ਤੇ ਦੋਵਾਂ ਨੂੰ ਵੀ ਪੱਗਾਂ ਬੰਨ੍ਹ ਕੇ ਕਦੇ ਆਏ ਆ ਕਦੀ ਉਹਨੇ ਲੈਂਦਾ ਕਦੀ ਉਹਨੇ ਲੈਂਦਾ ਤੇ ਮੇਰਾ ਹੈਗਾ ਸਾਡੀ ਬੜੀ ਲੰਮੀ ਸਟਰਗਲ ਤੋਂ ਬਾਅਦ ਇਹ ਗੁਰਦੇਵ ਸਿੰਘ ਕਾਂਗੁਰਾ ਇੱਕ ਬੜਾ ਵੱਡਾ ਜੰਪ ਮਾਰਿਆ ਵਾ ਕਿ ਪਹਿਲੀ ਵਾਰ ਹਿਸਟਰੀ ਚ ਹੋਇਆ ਵਾ ਕਿ ਬੀਲਦੀ ਬਲਾਸ਼ੀਅਰ ਮੇਅਰ ਆਫ ਨਿਊਯਾਰਕ ਸਿਟੀ ਜਿਹੜੇ ਆ ਸਾਡੀਆਂ ਪ੍ਰੇਡਾਂ ਚ ਵੀ ਆਏ ਨੇ ਤੇ ਸਾਡੇ ਗੁਰੂ ਘਰ ਚ ਵੀ ਆਏ ਨੇ ਉਹ ਵੀ ਜਿੱਤਣ ਤੋਂ ਬਾਅਦ ਨੀਤੇ ਅੱਗੇ ਆਪਾਂ ਫੰਡ ਵੀ ਦਿੰਦੇ ਰਹੇ ਆ ਤੇ ਉਹਨਾਂ ਨੂੰ ਵੋਟਾਂ ਵੀ ਪਾਉਂਦੇ ਰਹੇ ਆ ਪਰ ਸਿਰਫ ਤੇ ਸਿਰਫ ਜਿੱਤਣ ਤੱਕ ਸੋ ਇਹ ਬੜਾ ਵੱਡਾ ਅਪਰਾਲਾ ਵਾ ਕਿ ਜੇ ਦੋ ਸਾਡੇ ਲੀਡਰ ਸਾਡੇ ਵਿੱਚ ਬੈਠੇ ਆ ਜੈਨੀਫਰ ਰਾਜਕਮਾਰ ਜੀ ਤੇ ਸਰਦਾਰ ਗੁਰਦੇਵ ਸਿੰਘ ਜੀ ਕੰਗ ਤੇ ਆਉਣ ਵਾਲਾ ਸਮਾਂ ਜਿਹੜਾ ਸੁਖਾਲਾ ਵਾ ਪਰ ਮੈਂ ਤੁਹਾਡੇ ਮਾਰਜਦੀਮ ਦੇ ਥਰੂ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਜਦੋਂ ਕੋਈ ਵੀ ਕੈਂਡੀਡੇਟ ਆਉਂਦਾ ਵਾ ਤਾਂ ਆਪਾਂ ਵੱਖ-ਵੱਖ ਕੈਂਡੀਡੇਟਾਂ ਨੂੰ ਨਾਂ ਖੜੇ ਕਰੀਏ ਕੋਸ਼ਿਸ਼ ਕਰੀਏ ਕਿ ਇੱਕ ਕੈਂਡੀਡੇਟ ਹੋਵੇ ਦੂਜਾ ਦੂਜੇ ਦੇ ਪਾਸੇ ਖੜਾ ਕਰ ਲਓ ਕਿਉਂਕਿ ਜਦੋਂ ਆਪਾਂ ਆਪਸ ਵਿੱਚ ਹੀ ਕਲੈਸ਼ ਕਰਾਂਗੇ ਤਾਂ ਉਹਦੀ ਜਿੱਤ ਜਿਹੜੀ ਬੜੀ ਔਖੀ ਆ ਮੈਂ ਜ਼ਿਆਦਾ ਕੋਈ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੇਰੇ ਸੀਨੀਅਰ ਆਲਰੇਡੀ ਬੋਲ ਚੁੱਕੇ ਆ ਮੇਰੇ ਬੱਚਿਆਂ ਨੇ ਭੁੱਲਿਆ ਪਿਛੇ ਤੇ ਮੈਂ ਉਹਨਾਂ ਨੂੰ ਵੀ ਧੰਨਵਾਦ ਦਿੰਨਾ ਤੇ ਮੈਂ ਉਹਨਾਂ ਨੂੰ ਮਤਲਬ ਸਪੋਰਟ ਵੀ ਕਰਦਾ ਕਿ ਤੁਸੀਂ ਜਰੂਰ ਆਗੇ ਹੋ ਜਿੱਦਾਂ ਤੁਹਾਡਾ ਕੁਐਸਚਨ ਸੀ ਕਿ ਬੱਚੇ ਨੂੰ ਕਿੱਦਾਂ ਲਿਆਉਣਾ ਵਾ ਇਹ ਸਾਨੂੰ ਆਪਣੇ ਵੱਡਿਆਂ ਤੋਂ ਸਭ ਕੁਝ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜਿਵੇਂ ਇੱਥੇ ਲੀਡਰਸ ਕ੍ਰੀਏਟ ਹੋ ਰਹੇ ਆ ਉੱਥੇ ਹੁਣ জানা ਜ਼ਰੂਰੀ ਹੈ ਕਿ ਜੈਨੀਫਰ ਇਸ ਮੁਤਲਕ ਕੀ ਕਹਿਣਾ ਚਾਹੁੰਦੇ ਆ ਬੈਕ ਟੂ ਵਸ਼ਮਿਤਾ Uh, education the gal sade viewers ne they from our house to the white house in is de which education the subdo vudda role hai. jennifer you mentioned that education is the top priority for you it's not enough to just provide funding for higher education so our students don't leave school with unsurmountable debt we need to talk about the very beginning. Currently, in this area alone, in Queens, South Asian communities have some of the most overcrowded schools, most underfunded districts. How can we change that? How much of that needs to come from the federal level, and how much of that can be done locally? That's a great question. This issue is very dear to my heart because, as I mentioned, when my parents came here from India, they made education the center of the household. And that's why I'm sitting here on this stage today. Because education was a priority. That is the key to success. So, given that, yes, we need to make higher education affordable for families. That has to happen. In addition to that, also professional trades education should be affordable. But also after school programs, which, as you mentioned, applies to the earlier part of education. After school programs often give kids the edge. I personally had the benefit of so much after school. That's what gives people the edge, and that's also what helps keep the kids out of trouble. Now, some of the high schools around South Queens, such as Richmond Hill High School and others, previously did not have that great results. More people actually were dropping out than graduating every year. That's changing now under good leadership. And my assembly office will also be a place where we will empower kids in the schools to keep them motivated and keep them on the right track. Jennifer, I'm, I'm glad you mentioned South Richmond Hill High School. There was recently a fantastic article that talked about the success of how Richmond Hill High School increased their graduation rate by simple things like engaging with their students more. Gal will keep going like this. <laughs> For a break break, where are you going? Our program, From the White House to Your House, will continue. First of all, welcome to the White House to Your House program. de are constantly koshish to get you to come. ਅਦਰਸ਼ਾਂ ਦੀ ਤੁਹਾਨੂੰ ਦੱਸ ਰਿਹਾ ਕਿ ਸਾਡੀ ਕਮਿਊਨਿਟੀ ਹੁਣ ਕਿਵੇਂ ਐਮਪਾਵਰ ਹੋ ਰਹੀ ਹੈ ਔਰ ਕਿਵੇਂ ਤਿਆਰ ਹੈ ਇਲੈਕਸ਼ਨ 2020 ਦੇ ਲਈ ਔਰ ਜਦ ਗੱਲ ਸਾਡੀ ਕਮਿਊਨਿਟੀ ਦੀ ਆਉਂਦੀ ਹੈ ਇਹ ਮਿਹਨਤ ਕਾ ਸ਼ਕੌਮ ਅੱਜ 올 ਓਵਰ ਵਰਲਡ ਦੇ ਵਿੱਚ ਆਪਣਾ ਪਰਚਮ ਲੜਾ ਰਹੀ ਹੈ ਨਾਟ ਓਨਲੀ ਬਿਕਾਜ਼ ਆਫ देयर ਹਾਰਡ ਵਰਕ ਬਿਕਾਜ਼ ਆਫ देयर ਰੈਵਨਿਊ देयर ਅਰਨਿੰਗ ਬਿਕਾਜ਼ ਆਫ देयर ਬਿਜ਼ਨਸ ਸੋ ਸੜਨ ਆਲੇਸਟ ਮੌਜੂਦ ਨਹੀਂ ਜਦ ਬਿਜ਼ਨਸ ਐਮਪਾਵਰਮੈਂਟ ਦੀ ਗੱਲ ਆਉਂਦੀ ਹੈ ਔਰ ਕੁਇਨਸ ਰਿਚਮੈਂਟ ਹੈਲਦੀ ਕਾ ਲਾਉਂਦੀ ਹੈ ਉਹਨਾਂ ਵਿੱਚ ਇੱਕ ਸਖਸ਼ਿਤ Samrej Rurandiya, Harman Singh from Omni Mortgage, the CEO of this company, and he is making us proud in Richmond Hill by saying that I am a Singh and ready to out to vote. Harman Ji, we welcome you. Thank you, Ji. Saharan Ji, having this event is very wonderful uh, gesture they took, and I, I request them to continue because there are politicians who in and having them on the stage and local business people. We can relate our issues that would we have directly one to one to the politicians, because we have seen a lot of time politicians jada election the bad, only that disconnect ho janda business community And this is a request for just Punjabi and Jennifer Novi, for Jennifer, you should stay in touch with us and make sure always do these kind of meetings. And we can come as a group to support you and also bring our problems to you. You can help us in the government. Secondly, jada ki support always is Punjabi chamber chamber ਉਪਰ ਪੜਦੇ ਚੈਂਬਰ ਸਾਡਾ ਕਿ ਉਹ ਯੂਥ ਰੂ ਜਿਹੜੀ ਯੰਗਰ ਜਨਰੇਸ਼ਨ ਨੂੰ ਬਿਜ਼ਨਸ ਦੇ ਵਿੱਚ ਆਪਣੇ ਨਾਲ ਕਿਵੇਂ ਕਨੈਕਟ ਕਰੀਏ ਸੇ ਆਪਣੇ ਆਪ ਨੂੰ ਸਾਡੇ ਬੱਚੇ ਜਿਹੜੇ ਨੇ ਅੱਜ ਕੱਲ ਦੇਖਦੇ ਆ ਕਿ ਬਿ ਡਿਸਕਨੈਕਟ ਹੋ ਜਾਂਦੇ ਨੇ ਪੇਰੈਂਟਸ ਨਾਲ ਇਟ ٹیکਸ ਆ ਲਾਰਜ ਟੂ ਬ੍ਰਿੰਗ them back ਤੇ ਇਹ ਵੇ ਕਿ ਇਹਦੇ ਵਾਸਤੇ ਯੂਥ ਪ੍ਰੋਗਰਾਮ ਆਰਨੋ ਵਾਟ ਯੂ ਯੂ ਯੋਰ ਸਪੈਸ਼ਲਟੀ ਇਜ਼ ਬਟ ਦੇਰ ਇਜ਼ ਵਨ ਥਿੰਗ ਡੈਫੀਨਿਟਲੀ ਡੂ ਇਨ ਥਿਸ ਨੇਬਰਹੂਡ ਦੈਟ ਬ੍ਰਿੰਗਸ ਸਮਥਿੰਗ ਫॉर ਯੂਥ ਟੂ ਯੂ ਸ਼ੁੱਡ ਕਨੈਕਟ ਟੂ ਦ ਪੇਰੈਂਟਸ ਐਂਡ ਓਵਰ ਕਲਚਰ ਆਲਸੋ ਸੋ ਸਮਥਿੰਗ ਗ੍ਰਾਂਟ ਆਫ ਫੰਡਿੰਗ অর that is that because we our goal is to we lived our life as a business kita as a roadmap the show the roadmap what our kids should do right. that is we need o, your help thank Bilk, you bilkul. so roadmap is sanjeev uh, what do you have to say since we can say in future you're going to be the part of the system and how you're going to represent our youth and how you're going to be there in the system ਫਸਟ ਐਂਡ ਫਾਰਮੋਸਟ ਥੈਂਕ ਯੂ ਜਸ ਪੰਜਾਬੀ ਟੂ ਬ੍ਰਿੰਗਿੰਗ ਥਿਸ ᱮਮਪਾਵਰਮੈਂਟ ਪ੍ਰੋਗਰਾਮ ਟੂ ਆਵਰ ਕਮਿਊਨਿਟੀ ਬਿਕਾਜ਼ ਵੀ ਡੈਫੀਨਟਲੀ ਨੀਡ ਥਿਸ ਵਨ ਆਈ ਡੂ ਰਿਮੈਂਬਰ ਲੋਟ ਆਫ ਪਾਸਟ ਇਲੈਕਸ਼ਨਸ ਬਟ ਇਨ ਥਿਸ ᱮਮਪਾਵਰ ਪ੍ਰੋਗਰਾਮ ਐਂਡ ᱮਮਪਾਵਰਮੈਂਟ ਪ੍ਰੋਗਰਾਮ ਆਈ ਵੁੱਡ ਲਾਈਕ ਟੂ ਸੇ ਵਨ ਥਿੰਗ ਕਿ ਸਾਡੀ ਕਮਿਊਨਿਟੀ ਨੂੰ ਇੰਨੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜਿਹੜੀ ᱮਮਪਾਵਰਮੈਂਟ ਸ਼ਬਦ ਦੀ ਗੱਲ ਕਰ ਰਹੇ ਆ ਜਾਂ ਐਜੂਕੇਸ਼ਨ ਸ਼ਬਦ ਦੀ ਗੱਲ ਕਰ ਰਹੇ ਆ ਤੁਸੀਂ ਜੇ ਕਿਸੇ ਦੇ ਵੀ ਘਰੇ ਜਾ ਕੇ ਵੋਟਾਂ ਦੇਖੋਗੇ ਤਾਂ ਉਹ 80% ਵੋਟਾਂ ਉਹ ਹੋਣ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਕੀ ਅਸੀਂ ਕਰਨਾ ਕੀ ਹੈ ਅਸੀਂ ਪਾਵਰਮੈਂਟ ਦੀ ਗੱਲ ਤਾਂ ਕਰ ਰਹੇ ਹਾਂ ਪਰ 80% ਵੋਟਸ ਹੋ ਨੇ ਜਾਂ ਤਾਂ ਬਲੈਂਕ ਨੇ ਜਾਂ ਪਾਰਟੀ ਅਸੀਂ ਚੂਜ਼ ਨਹੀਂ ਕੀਤੀ ਪਰ ਜੇ ਤੁਸੀਂ ਸਾਨੂੰ ਇਹੀ ਪੰਜਾਬ ਜਾਂ ਸਾਡੇ ਮੁਲਕਾਂ ਚ ਜਾ ਕੇ ਦੇਖਦੇ ਹੋ ਤਾਂ ਸਾਡੀ ਜਿਹੜੀ VOTING STRENGTH ਹੈ ਉਹ 70 ਤੋਂ 80% ਹੈ ਬਾਈ ਪੋਪੂਲੇਸ਼ਨ But what happens when we come here in this country, we forget the switch is going, upside is going to be light on or downside is going to be the light on, because we have so much pressure in this country. Now empowerment means that MWBE, do we are getting that fair share on that one? The empowerment means, do we have a proper representations in the state, city and federal level? Do we know that who we are representatives are? ਜਿਹੜੇ ਵੀ ਨੇਬਰਹੂਡ ਚ ਤੁਸੀਂ ਰਹਿੰਦੇ ਹੋ ਇੱਕ ਵੈਬਸਾਈਟ ਆ ਇੱਕ ਛੋਟੀ ਜੀ ਮੈਂ ਤੁਹਾਡੇ ਨਾਲ ਮੈਨੂੰ ਪਤਾ ਹੈ ਕਿ ਟਾਈਮ ਲਿਮਟਿਡ ਆ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਮੈਂ ਕਰ ਸਕਦਾ ਸਿਰਫ ਇੰਨਾ Google ਤੇ ਟਾਈਪ ਕਰੋ ਕਿ ਹੂ ਰਿਪਰੈਜ਼ੈਂਟ ਮੀ ਇਹ ਤੁਹਾਡਾ ਸਾਰਿਆਂ ਲਈ ਹੋਮਵਰਕ ਹੈ ਮੇਰੀ ਹੱਥ ਬੰਨ ਕੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਤੁਸੀਂ ਸਾਰੇ ਲੀਡਰੋਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਹੂ ਰਿਪਰੈਜ਼ੈਂਟ ਮੀ ਤੇ ਉੱਥੇ ਜਾ ਕੇ ਆਪਣੇ ਘਰ ਦਾ ਐਡਰੈਸ ਟਾਈਪ ਕਰੋ ਤੇ ਪਤਾ ਕਰੋ ਸਭ ਤੋਂ ਪਹਿਲਾਂ ਕਿ ਤੁਹਾਡਾ ਡਿਸਟ੍ਰਿਕਟ ਲੀਡਰ ਕੌਣ ਹੈ ਤੁਹਾਡਾ ਸਿਟੀ ਕਾਉਂਸਲ ਕੌਣ ਹੈ ਤੁਹਾਡਾ ਅਸੈਂਬਲੀਮੈਨ ਕੌਣ ਹੈ ਤੁਹਾਡਾ ਸਟੇਟ ਸੈਨੇਟ ਕੌਣ ਹੈ ਤੁਹਾਡਾ ਕਾਂਗਰਸਮੈਨ ਕੌਣ ਹੈ ਤੁਹਾਨੂੰ ਯੂਐਸ ਸੈਨੇਟ ਚ ਕੌਣ ਰਿਪਰੈਜ਼ੈਂਟ ਕਰ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਦੀਆਂ ਫਿਲਾਸਫੀਜ਼ ਨਾਲ ਅਟੈਚ ਹੋਵੋ ਦੈਨ ਯੂ ਮੂਵ ਫਾਰਵਰਡ ਦੈਟਸ ਆਲ ਬਿਲਕੁਲ ਬਿਲਕੁਲ ਸਾਨੂੰ ਜਾਨਣਾ ਪੈਣਾ ਕਿ ਸਾਡਾ ਜਿਹੜਾ ਰਿਪਰੈਜ਼ੈਂਟੇਟਿਵ ਕੌਣ ਹੈ ਸੁਖਜਿੰਦਰ ਸਿੰਘ ਸੁਭਾਨਪੁਰ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਹੈ ਮੁਖ ਸਕੱਤਰ ਹੋਣਗੇ ਜਦ ਨਵੀਂ ਮੈਨੇਜ ਬੁਟਾ ਚੀਮਾ ਬਕਾਇਦਾ ਮੌਜੂਦ ਨੇ ਭਾਈ ਰਜਿੰਦਰ ਜੀ ਮੌਜੂਦ ਨੇ ਸੋ ਮੈਂ ਭਾਈ ਰਜਿੰਦਰ ਹਰਣੋਤ ਨੂੰ ਜਾਨਣਾ ਚਾਹਾਂਗਾ ਸਾਡੇ ਕੋਲ ਸਮਾਂ ਬਹੁਤਾ ਨਹੀਂ ਹੈਗਾ ਭਾਈ ਰਜਿੰਦਰ ਜੀ ਕੀ ਮੁੱਦੇ ਨੇ ਕੀ ਕੀ ਮੁੱਦੇ ਸਾਨੂੰ ਲਿਆਉਣ ਦੀ ਲੋੜ ਹੈਗੀ ਆ ਸਭ ਤੋਂ ਪਹਿਲਾਂ ਜਿਵੇਂ ਵੈਗਰੂਜੀ ਕਾ ਖਾਲਸਾ ਇਹ ਉੱਤੇ ਜੀ ਮੈਂ ਜਸ ਪੰਜਾਬੀ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਆਪਣੇ ਸਿੱਖ ਕਮਿਊਨਿਟੀ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੇ ਦਲੀਪ ਸਿੰਘ ਸੌਧ ਵਰਗੇ ਸਾਡੇ ਕਾਂਗਰਸਮੈਨ ਬਣ ਸਕਦੇ ਹਨ ਅੱਜ ਸਾਡੇ ਕੋਲ মিডিਆ ਵੀ ਹੈ ਅੱਜ ਸਾਡੇ ਕੋਲ ਬਿਜ਼ਨਸ ਵੀ ਹੈ ਸਭ ਕੁਝ ਹੈ ਤੇ ਬੇਨਤੀ ਹੈ ਵੀ ਆਪਣੇ ਨੌਜਵਾਨਾਂ ਨੂੰ ਉਭਾਰੀਏ ਦੂਜਾ ਮੈਂ ਜਸ ਪੰਜਾਬੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਉਣ ਵਾਲੇ ਟਾਈਮ 'ਚ ਆਪਣੇ ਸਟੂਡੀਓ ਵਿੱਚ ਇੱਥੇ ਦੀ ਜਿਹੜੀ ਜੰਗ ਜਨਰੇਸ਼ਨ ਉਹਨਾਂ ਸਦੋ ਤੇ ਇਹਨਾਂ ਪੋਲੀਟੀਕਲ ਲੋਕਾਂ ਨੂੰ ਸਦੋ ਤਾਂ ਕਿ ਆਪਣੀ ਇਹ ਡਿਬੇਟ ਕਰ ਇਹਨਾਂ ਨੂੰ ਆਪਣੇ ਅਨਸਰ ਕੁਐਸਚਨ ਪੁੱਛ ਸਕਣ ਜੀ ਫਿਰ ਮੈਂ ਜਸ ਪੰਜਾਬੀ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਜਨਰੇਸ਼ਨ ਦੀ ਗੱਲ ਹੋ ਰਹੀ ਹੈ ਬੁੱਢਾ ਚੀਮਾ ਤੁਸੀਂ ਰਿਪਰੈਜ਼ੈਂਟ ਕਰ ਦਿਓ ਸਿਕ ਕਲਚਰ ਸੁਸਾਇਟੀ ਨੂੰ ਯੂਥ ਪੰਜੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਏ ਹੋਏ ਸਾਇਬਰੰਤ ਮੇਰਾ ਧੰਨਵਾਦ ਕਰਦਾ ਹਾਂ ਤੇ ਜਸ ਪੰਜਾਬੀ ਪੰਜਾਬੀ ਦਾ ਪੈਨਿ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਜਿਵੇਂ ਕਨੇਡਾ ਦੀ ਉੱਥੇ ਜਿਵੇਂ ਕਿ ਜਗਮੀਤ ਸਿੰਘ ਜੀ ਜੋ ਜੰਗ ਜਨਰੇਸ਼ਨ ਹਨ ਉਹਨਾਂ ਦੇ ਆਈਕਨ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਸਾਡੇ ਇੱਥੋਂ ਦੇ ਜਿਹੜੇ ਗੁਰੂ ਘਰ ਦੇ ਜਿੰਨੇ ਵੀ ਲੀਡਰ ਆ ਸਾਡੇ ਜਿੰਨੇ ਵੀ ਸਾਰੇ ਗੁਰੂ ਘਰ ਤੱਕ ਸੀਮਤ ਰਹੇ ਉਸ ਤੋਂ ਅੱਗੇ ਵਧਨ ਦੀ ਸਾਡੇ ਜਿੰਨੇ ਵੀ ਲੀਡਰਾਂ ਨੇ ਅੱਗੇ ਵਧਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਚੋਂ ਜਿਵੇਂ ਕਿ ਕੰਗ ਸਾਹਿਬ ਨੇ ਇਹਨਾਂ ਨੇ ਅੱਗੇ ਵਧੇ ਰੋਮਨ ਆਰਡਿਕ ਮਿਸ਼ਨ ਦੇ ਚੇਅਰਮੈਨ ਬਣੇ ਤੇ ਉਹੀ ਉਹਨਾਂ ਨੇ ਜਿੱਦਾਂ ਕਿ 3 ਸਾਲ ਲਈ ਫਿਰ ਨਿਯੁਤ ਕੀਤਾ ਗਿਆ ਉਹਨਾਂ ਨੂੰ ਉਹਨਾਂ ਨੇ ਵਧੀਆ ਕੰਮ ਕੀਤੇ ਉਹਨਾਂ ਨੂੰ ਜਿਵੇਂ ਤੇ ਸਾਡੇ ਜਿਹੜੇ ਵੀ ਯੂਥ ਯੰਗ ਜਨਰੇਸ਼ਨ ਆ ਉਹਨਾਂ ਨੂੰ ਚਾਹੀਦਾ ਵਾ ਕਿ ਜਿਹੜੀ ਤੁਸੀਂ ਪੋਲਿਟਿਕਸ ਆ ਉਹਦੇ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਜਿਹੜਾ ਵੀ ਲੀਡਰ ਖੜਾਉਂਦਾ ਵਾ ਉਹਦੇ ਇੱਕ ਦੇ ਪਿੱਛੇ ਸਾਰੇ ਸਾਡੀ ਕਮਿਊਨਿਟੀ ਲੱਗੇ ਉਹਦੇ ਉਹਨੂੰ ਜਿਦਾਨ ਦੀ ਕੋਸ਼ਿਸ਼ ਕਰਨ ਬਿਲਕੁਲ ਕਰਨ ਦੀ ਲੋੜ ਹੈ ਥੈਂਕ ਯੂ ਸਪੋਰਟ ਕਰਨ ਦੀ ਲੋੜ ਹੈ ਔਰ ਐਸੀ ਸੋਚ ਨੂੰ ਅੱਗੇ ਲੈਣ ਦੀ ਲੋੜ ਹੈ ਸੋਚ ਤੋਂ ਮੈਨੂੰ ਯਾਦ ਬਿੱਲਾ ਸੋਚ ਭਾਜੀ ਆ ਜਾਂਦੇ ਆ ਉਹ ਵੀ ਸਾਡੇ ਨਾਲ ਮ thank you, uh, jennifer. congrats for running first State assembly. and also, i'd like to uh, thank just punjabi. they are both Such an event. nice, kita. the community leaders already, they have their concerns and they already spoken about it. and i will just say, just vote. because that's the only concern we have it. because what's happened is the people looking up, you know, we have so many votes, but the problem is they don't go all they the day we need actually that's the way i want to say it through your mouth and yes punjabi please vote for jennifer ਦੈਟਸ ਆਲ ਸੇ ਥੈਂਕ ਯੂ ਬਿਲਕੁਲ ਲੇਕਿਨ ਇੱਥੇ ਜਸ ਪੰਜਾਬੀ ਤੁਹਾਨੂੰ ਇਹੀ ਕਹੇਗਾ ਜੋ ਵੀ ਤੁਹਾਨੂੰ ਕੈਂਡੀਡੇਟ ਵਧੀਆ ਲੱਗਦਾ ਤੁਸੀਂ ਉਹਨੂੰ ਵੋਟ ਕਰੋ ਇੱਥੇ ਐਂਡੋਰਸਮੈਂਟ ਜਿਹੜੀ ਹੈਗੀ ਹੈ ਉਹ ਜੈਨੀਫਰ ਰਾਜਕੁਮਾਰ ਦੀ ਨਹੀਂ ਵਾਈਟ ਹਾਊਸ ਟੂ ਯੋਰ ਹਾਊਸ ਦੀ ਹੋ ਰਹੀ ਹੈਗੀ ਹੈ ਤੁਹਾਨੂੰ ਅਗਰ ਜੈਨੀਫਰ ਵਧੀਆ ਲੱਗਦੀ ਹੈ ਗੋ ਆਊਟ ਐਂਡ ਵੋਟ ਫॉर ਜੈਨੀਫਰ ਲੇਕਿਨ ਤੁਹਾਨੂੰ ਲੱਗਦਾ ਕਿ ਦੂਜਾ ਕੈਂਡੀਡੇਟ ਵਧੀਆ ਹੈ ਉਹਨੂੰ ਵੋਟ ਕਰੋ ਤੁਹਾਡੀ ਆਪਣੀ ਜਿਹੜੀ ਰਾਏ ਹੈਗੀ ਖੁਦ ਬਣਾਉਣੀ ਹੈ ਲੇਕਿਨ ਹਾਂ ਜਸ ਪੰਜਾਬੀ ਇਹ ਗੱਲ ਜ਼ਰੂਰ ਕਰਿਆ ਕਿ ਵੋਟ ਜ਼ਰੂਰ ਕਰੋ ਬਿਕਰਮਜੀਤ ਸਿੰਘ ਇਸੇ ਮੌਜੂਦ ਨੇ ਯੂਥ ਹਾਈਕਰ ਨੇ ਹੋਟਲਰ ਨੇ ਗੈਸ ਸਟੇਸ਼ਨਸ ਓਨ ਕਰਦੇ ਨੇ ਔਰ ਇਨਸਪੀਰੇਸ਼ਨ ਨੇ ਯੰਗ ਜਨਰੇਸ਼ਨ ਦੇ ਲਈ ਉਹ ਵੀ ਸਰਨਲ ਮੌਜੂਦ ਨੇ What you have to say, vikram Singh? think do you think, What change we need? Good evening, everyone. I'd like to, uh, it's a pleasure to be here. I'd like to thank uh, Just Punjabi. It's a great platform, uh, you know, for us to talk to our uh, elected representatives, uh, know what's going on, what laws are being created, how they're affecting us. Um, I'd like to ask Jennifer, uh, I'm, a, I'm a small business owner. So what uh, laws or bills are you creating to help, you know, during the tough times uh, because of uh, COVID? So, we'll ask this question. We'll take this question to uh, Janab Prajkumar. Uh, we also have uh, Pritpal Singh Walia from here, uh, from Sansagar Gurdwara Sahib. I will request him to come here and definitely we want that. What are the other issues when it comes to Queens Borough? I think this is the first time we have seen this type of program, which has been taken, you have taken the good initiative and it's an educative also. ਸੋ ਬਹੁਤ ਬਹੁਤ ਧੰਨਵਾਦ ਜੜਾ ਫਿਰ ਅਰ ਦੂਸਰੀ ਗੱਲ ਜਿਹੜੀ ਮੈਂ ਸਭ ਤੋਂ ਪਹਿਲਾਂ ਗੱਲ ਇਹ ਕਰੀ ਚਾਹਾਂਗਾ ਕਿ ਜਿਸ ਤਰ੍ਹਾਂ ਯੰਗ ਜਨਰੇਸ਼ਨ ਅੱਜ ਕਰਾਈ ਹੈਗੀ ਹੈ ਔਰ ਅਸੀਂ ਉਹਨਾਂ ਨੂੰ ਤਿਆਰ ਕਰ ਰਹੇ ਹੈਗੇ ਆ ਕੰਗ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਵੀ ਆਰ ਪ੍ਰੀਪੇアリング देम ਡੈਫੀਨਿਟਲੀ ਵੀ ਆਰ ਪ੍ਰੀਪੇアリング देम ਐਂਡ 3 ਇਲੈਕਸ਼ਨਸ ਵੀ ਹੈਵ ਡਨ ਸੋ ਫਾਰ ਜੋ ਸੁਰੰਜੀ ਸਿੰਘ ਸਾਡੂ ਖੜੇ ਹੋਏ تھے ਉਸ ਤੋਂ ਬਾਅਦ ਦੂਸਰੇ ਪ੍ਰਹਾਰ ਸਾਹਿਬ ਔਰ 3rd ਹਮ ਟਾਈਮ ਹਮ ਖੜੇ ਹੋ ਰਹੇ ਆ ਆਪਣੇ ਸੰਜ ਵਿੱਚੋਂ ਬੱਚਾ ਖੜਾ ਹੋ ਰਿਹਾ ਹੈਗਾ ਮਨਦੀਪ ਸਿੰਘ ਕਰਕੇ ਐਂਡ

4000 votes are giving or 7000 votes are may be executed yes. so if we can vote properly if we can come with full force we can win this election we can win this election dr ravtar singh dinaw we can win this election we have to go out and vote what do you have to say machamanga tusi khad ke sare darshkanu zarur daso bhai jikka khalsa bhai guru ji ki fateh waise main katti bolda han par jadon election da time hunda udon main zarur field ch auna <laughs> ਕਿਉਂਕਿ ਮੇਰਾ ਕਾਫੀ ਐਕਸਪੀਰੀਅੰਸ ਹੈ ਔਰ ਮੈਂ ਚਾਹੁੰਨਾ ਕਿ ਹਰ ਪੰਜਾਬੀ ਜੇ ਅਸੀਂ ਆਪਣੇ ਆਪ ਨੂੰ ਕੁਝ ਕਿਸੇ ਪਉਣਾ ਚਾਹੁੰਦੇ ਆ ਤੇ ਪੋਲਿਟਿਕਸ ਜੁੜਾਓ ਪੋਲਿਟਿਕਸ ਤੋਂ ਬਿਨਾ ਤੁਹਾਡੀ ਕੋਈ ਤਾਕਤ ਨਹੀਂ ਕਹਿੰਦੇ ਨੇ ਰਾਜ ਜਿਹੜਾ ਹੈਗਾ ਰਾਜ ਤੁਹਾਨੂੰ ਬਾਦਸ਼ਾਹ ਬਣਾਉਂਦਾ ਰਾਜ ਤੁਹਾਨੂੰ ਮਾਰਸ਼ਲ ਕਮ ਬਣਾਉਂਦਾ ਪਰ ਰਾਜ ਤੋਂ ਬਿਨਾ ਤੁਹਾਡੀ ਕੋਈ ਵੈਲਿਊ ਨਹੀਂ ਤੇ ਪੋਲਿਟਿਕਸ ਹਰ ਆਦਮੀ ਆਵੇ ਤੇ ਅਸੀਂ ਕੋਸ਼ਿਸ਼ ਕੀਤੀ ਸੀ 2009 ਵਿੱਚ ਸੌਰਨਜੀਤ ਦੇ ਨਾਲ ਰਲ ਕੇ ਇਲੈਕਸ਼ਨ ਜਦੋਂ ਉਹਦਾ ਕਿੰ ਹੋਇਆ ਸੀ ਸਾਡੀ ਬੜੀ ਮਿਹਨਤ ਹੈ ਸਾਡੇ ਬਹੁਤ ਐਕਸਪੀਰੀਅੰਸ ਉਸ ਗੱਲ 'ਚ ਅਸੀਂ ਬਹੁਤ ਕੋਸ਼ਿਸ਼ ਜਿਹੜੀਆਂ ਸਾਡੀਆਂ ਗਲਤੀਆਂ ਸੀਗੀਆਂ ਅਸੀਂ ਉਹਨਾਂ ਨੂੰ ਠੀਕ ਕੀਤਾ ਫਿਰ ਅਸੀਂ ਪ੍ਰਹਾੜਸਾ ਦੇ ਟਾਈਮ ਤੇ ਇਲੈਕਸ਼ਨ ਦੇ ਵਿੱਚ ਉਹਦੀ ਹੈਲਪ ਕੀਤੀ ਸੋ ਕੁਝ ਗਲਤੀਆਂ ਕੀਤੀਆਂ ਹੋ ਜਾਂਦੇ ਨੇ ਸਾਡਾ ਜਦ ਤੱਕ ਜਦ ਤੱਕ ਤੁਸੀਂ ਐਕਟ ਨਹੀਂ ਕਰੋਗੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਰਾਈਟ ਕਰ ਰਹੇ ਹੋ ਕੋਈ ਗਲਤ ਨਹੀਂ ਕਰ ਰਹੇ ਹੋ ਸੋ ਅਸੀਂ ਬਹੁਤ ਕੁਝ ਲਰਨ ਕੀਤਾ ਤੇ ਇਸ ਸਾਲ ਅਸੀਂ ਉਹ ਜਿੱਦਾਂ ਸਾਰੇ ਇਹ ਕਹਿ ਰਹੇ ਕਿ ਨੈਕਸਟ ਜੇਨਰੇਸ਼ਨ ਜਿਹੜੀ ਉਹ ਨੈਕਸਟ ਜਿਹੜੀ ਯੰਗ ਜੇਨਰੇਸ਼ਨ ਅੱਗੇ ਆਵੇ ਸੋ ਅਸੀਂ ਅੱਜ ਇੱਕ ਯੰਗ ਚਿਹਰਾ ਅੱਗੇ ਲੈ ਕੇ ਆ ਰਹੇ ਹਾਂ ਅਸੀਂ ਸਾਰੇ ਰਲ ਮਿਲ ਕੇ ਉਹ ਉਹ ਜਿਹੜਾ ਝੰਡਾ ਤੇਰੇ ਉਹਨੂੰ ਅੱਗੇ ਲਿਆਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਜਿਹੜਾ ਸਾਡਾ ਐਕਸਪੀਰੀਅੰਸ ਸਾਡਾ ਹੈਗਾ ਸਿਗਾ ਉਹਨੂੰ ਯੂਟਿਲਾਈਜ਼ ਕਰਕੇ ਤੇ ਸਕਸੈਸ ਕਾਮਯਾਬ ਪ੍ਰਾਪਤ ਕਰੀਏ ਜਨਰੇਸ਼ਨ ਦੀ ਲੋੜ ਹੈਗੀ ਹੈ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਮੈਂ ਇੱਥੇ ਹਿੰਮਤ ਸਿੰਘ ਸਰਪੰਚ ਜਿਹੜੇ ਨੇ ਉਹਨਾਂ ਤੋਂ ਵੀ ਦੋ ਵਰਡਸ ਕਰਵਾ ਲੈਣਾ ਮੈਂ ਫਿਰ ਚਾਹਾਂਗਾ ਕਿ ਬ੍ਰੇਕ ਵੀ ਮੈਂ ਲੈਣੀ ਇੱਥੇ ਜ਼ਰੂਰੀ ਹੈਗੀ ਹੈ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਹੁਤ ਪ੍ਰੋਗਰਾਮ ਜਿਹੜਾ ਬਹੁਤ ਸਕਸੈਸਫੁਲ ਕਿ ਬਹੁਤ ਵਧੀਆ ਸੋਹਣੇ ਵਿਚਾਰ ਹੋਏ ਨੇ ਸਾਰਿਆਂ ਨਾਲ ਪਤਾ ਲੱਗਾ ਮਿਲਦਾ ਔਰ ਜੋ ਸਾਡੇ ਰਾਜਕੁਮਾਰ ਜੈਨੀਫਰ ਆਏ ਨੇ ਉਹ ਵੀ ਜੋ ਕਿ ਅਸੈਂਬਲੀ ਮੈਂਬਰ ਆ ਰਹੇ ਨੇ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਨੇ ਜੱਸ ਪੰਜਾਬੀ ਵਾਲਿਆਂ ਨੂੰ ਵਧਾਈ ਦਿੰਦੇ ਆ ਕਿ ਆਪਾਂ ਜੰਗ ਰਿਲੇਸ਼ਨ ਜਿਹੜੀ ਹੈ ਉਹਨਾਂ ਨੂੰ ਅੱਗੇ ਲਿਆਈਏ ਜਿੰਨੇ ਵੀ ਆਪਣੇ ਨੌਜਵਾਨ ਬੱਚੇ ਜਾਂ ਅੱਗੇ ਪੜ੍ਹ ਰਹੇ ਨੇ ਔਰ ਆਪਾਂ ਬੋਰਡ ਦੀ ਗੱਲ ਕਰਨੀ ਹੈ ਕਿਉਂਕਿ ਆਪਾਂ ਸਾਰੇ ਏਰੀਆ ਵਿੱਚ ਵੰਡੇ ਆ ਆਪਾਂ ਕੋਈ ਬੈਲਰੋਜ ਆ ਕੋਈ ਫਲੋਰੋਪਾਰ ਹੈ ਕੋਈ ਰਿਚਮੈਂਡਲਾ ਕੋਈ ਸੌਥਪਾਰ ਹੈ ਏਰੀਆ ਡਿਪੈਂਡ ਔਨ ਏਰੀਆ so you have a vote put on the area you have a uh, sport right. and vote right bilkul local bilkul zaruri hai gi hai ikatthe hon di lod hai gi hai kyunki hove 71 melo mere bhai dubida dur karo le apply gurname ke hove jodi kurmukh betho safa bachai is nu janana vi behad zaruri hai ga sade layi sade nal ethe begowal welfare society hai so main us to pehla paramjit singh begowal main chahwanga ki break liyiye tusi vi apne do shabd zarur keh dyo bhai ji ka khalsa bhai ji ki fate as a porn as a white house to our house It's a long bridge, it's not a small bridge. We have, there are many poles over there. Not only like it, just as assembly, but we have to consider about, consider about the councilmen who have to represent our local governments. We have to consider assembly, state assembly, men, women, or senators, and not only up to there, we have to consider the U.S. senator and the congressman, up to president. So we should consider our powers. that's only we have we can we, we have to consider our power so power is very power important is right. Right. Is right 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 thank you thank you bigowal saab so ashmita mai thade kol jana chahwanga aur kyunki ajj tusi vekh re ho ki jede sade leaders ne oh kiven apni gal rakh rahe ne so back to you ashmita bandi hai white house to your house if you're starting at your house to see white house tak ponchna hai paave todi awaz hoye todi vote hove it does start with the vote. Noor to tu si vote baare socho, vote ki toada o tu si bhi vote Jennifer, how important is it not just for people to vote, but to know how they can vote, when they need to vote, and in these times, during COVID, when they should cast their mail-in ballots? Tell us about getting out the vote in this election for the closing of today's inaugural program. It is so important. Elections are decided by those who show up. That's a famous saying. I am sitting on this stage as your assemblywoman elect because you showed up. And for two weeks after the election, my phone rang nonstop. People said, My uncle voted for you. My niece, my aunties, everybody came out. That's why I'm here. So now we have a seat. At the table of power in this state. It is time for the Punjabi community to take a seat at the table of power and to exercise our voice at every level. I'm going to be here being an advocate for the Punjabi community in New York, nationwide, letting everyone know about the beauty of our culture and what our needs are. But you also do it by getting out to the poll. My dad always took me for voting, and my mom. And when I ran in my election, he would count the ballots with me on election night. I'll never forget it. My, I call my dad my poll watcher at home. That's his name, poll watcher. Bring your kids, bring your whole family to the poll. They'll never forget it. And on top of that, bring them to my office. And together, we will get out the vote and exercise our power. So, everyone, get out. The stakes could not be higher this year. Thank you. Thank you. <laughs> Thank you to Jennifer Rajkumar, the uh, first uh, South Asian woman that uh, may very well go to the New York State Assembly. Thank you, Sardis mm -hmm. Sare, in person community leaders, the businessmen that you started Richmond Hill, New York, de which are ke jude, keeping all the safety standards in mind. And of course, Toda थैंक यू फॉर वॉचिंग अगर इस प्रोग्राम तो एक मैसेज लैके जाना है अच्छ इट इज़ दैट एक वोट भी इलैक्शन चेंज कर है सो डोंट थिंक मैटर नहीं करते डोंट थिंक थिंके कोई पावर नहीं है तोड़ी आवाज़ कोई मायने नहीं रखती थी वोट ही थोड़ी आवाज़ है इस तरह थोड़े हाजिर होवे अगले हफ्ते बट हूँ सानू सू दियो इजाज़त सत श्रीकाल